ਮੈਂ ਹੁਣ ਆਪਣੀ ਵਿਚਾਰ ਨੂੰ ਆਰੰਭ ਕਰਾਂ ਸਾਡੇ ਹਿੰਦੁਸਤਾਨ ਦੇ ਵਿੱਚ ਇੱਕ ਬੜੀ ਚੰਗੀ ਪਰੰਪਰਾ ਸੀ ਅੱਜ ਭਾਵੇਂ ਨਹੀਂ ਕੋਈ ਵੀ ਕਿਸੇ ਨੂੰ ਮਿਲਦਾ ਉਹਦਾ ਪਹਿਲਾ ਸਵਾਲ ਹੁੰਦਾ ਸੀ ਤੁਹਾਡਾ ਗੁਰੂ ਕੌਣ ਹੈ ਕੋਈ ਕਿਸੇ ਨੂੰ ਮਿਲੇ ਭਾਈ ਮਾਈ ਭਾਈ ਵੱਡਾ ਛੋਟਾ ਗਰੀਬ ਅਮੀਰ ਜਦੋਂ ਮਿਲਦਾ ਸੀ ਤੇ ਕਹਿੰਦਾ ਸੀ ਭਾਈ ਸਾਹਿਬ ਤੁਹਾਡਾ ਗੁਰੂ ਕੌਣ ਹੈ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਦੀ ਗੱਲ ਕੀਤੀ ਹੈ ਨਾ ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਇਤਿਹਾਸ ਵੀ ਵਿੱਚ ਵੀ ਇਹ ਵੱਡੀ ਘਟਨਾ ਹੈ ਕਿ ਇਹ 20 ਵੇਰ ਗੰਗਾ ਤੇ ਇਸ਼ਨਾਨ ਕਰਨ ਗਿਆ ਉੱਥੇ ਇੱਕ ਬ੍ਰਹਮਚਾਰੀ ਨਾਲ ਪਿਆਰ ਪੈ ਗਿਆ ਬੜਾ ਦਿਆਲੂ ਸੁਭਾਉ ਦਿਆਲੂ ਕਿਰਪਾਲੂ ਸੁਭਾਅ ਹੈ ਤੇ ਕਹਿਣ ਲੱਗੇ ਬਾਬੇਓ ਸਾਨੂੰ ਸੇਵਾ ਦਾ ਮੌਕਾ ਬਖਸ਼ੋ ਉਸ ਮਹਾਤਮਾ ਬ੍ਰਹਮਚਾਰੀ ਨੂੰ ਬਾਬਾ ਅਮਰਦਾਸ ਨੇ ਆਪਣੇ ਘਰ ਲਿਆਂਦਾ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਪਾਣੀ ਸਿਖਾਉਂਦੇ ਨੇ ਤੇ ਸੰਸਕਾਰਾਂ ਤੇ ਸੁਭਾਅ ਦੇ ਮੁਤਾਬਕ ਉਹਨਾਂ ਆਖਿਆ ਮਹਾਂਪੁਰਸ਼ੋ ਬੜਾ ਚੰਗਾ ਸੁਭਾਅ ਹੈ ਤੁਹਾਡਾ ਗੁਰੂ ਕੌਣ ਹੈ ਇਹ ਗੁਰੂ ਅਮਰਦਾਸ ਦੀ ਕਥਾ ਤੁਸੀਂ ਪੜ ਲੈਣਾ ਕਹਿਣ ਲੱਗੇ ਜੀ ਮੈਂ ਤਾਂ ਗੁਰੂ ਧਾਰਨ ਹੀ ਨਹੀਂ ਕੀਤਾ ਉਥੇ ਲਿਖਿਆ ਕਿ ਬ੍ਰਹਮਚਾਰੀ ਨੇ ਆਪਣੀ ਥਾਲੀ ਵਿਗਾ ਕੇ ਸੁੱਟ ਕੇ ਆਖਿਆ ਮੇਰਾ ਤਾਂ ਧਰਮ ਪ੍ਰਿਸ਼ਟ ਹੋ ਗਿਆ ਮੈਂ ਗੁਰੇ ਦੇ ਘਰ ਰੋਟੀ ਖਾ ਲਈ ਔਰ ਮਨ ਵਿੱਚ ਇੱਕ ਖਿੱਚ ਪੈਦਾ ਹੋ ਗਈ ਤੇ ਆਪਣੇ ਭਰਾ ਦੀ ਨੋਹ ਦੇ ਕੋਲੋਂ ਬਾਬੇ ਅਮਰਦਾਸ ਦੀ ਬਾਣੀ ਸੁਣੀ ਬੀਬੀ ਅਮਰੋ ਦੀ ਜ਼ਬਾਨ ਤੋਂ ਭਾਈ ਜਸਦੇ ਦੀ ਧਰਮ ਪਤਨੀ ਸੀ ਭਾਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਲਿਆ ਤੇ ਬਾਬਾ ਅਮਰਦਾਸ ਦੀ ਗੁਰੂ ਅੰਗਦ ਸਾਹਿਬ ਦੇ ਹੋ ਕੇ ਮੁੜ ਕੇ ਗੁਰੂ ਅਮਰਦਾਸ ਪਦਵੀ ਤੀ ਪਹੁੰਚ ਗਏ ਗੁਰਮੁਖੋ ਇਹ ਪਰੰਪਰਾ ਸੀ ਵੀ ਤੁਹਾਡਾ ਗੁਰੂ ਕੌਣ ਹੈ ਸਿੱਧਾਂ ਦਾ ਬੋਲ ਬਾਲਾ ਸੀ ਉਸ ਮੌਕੇ ਹਿੰਦੁਸਤਾਨ 'ਚ ਤੇ ਧੰਗ ਗੁਰੂ ਨਾਨਕ ਪਾਤਸ਼ਾਹ ਜਿੱਥੇ ਵੀ ਜਾਂਦੇ ਨੇ ਇਹਨਾਂ ਦਾ ਬੋਲ ਬਾਲਾ ਹੋਣ ਕਰਕੇ ਉਹਨਾਂ ਦੇ ਅੰਦਰ ਈਰਖਾ ਹੈ ਤੇ ਉਹਨਾਂ ਨੇ ਸਵਾਲ ਕੀਤਾ ਵੀ ਤੁਹਾਡਾ ਗੁਰੂ ਕੌਣ ਹੈ ਬਾਬਾ ਨਾਨਕ ਇਹੋ ਜਾਂ ਗੁਰੂ ਹੈ ਜਿਨੇ ਚਾਰੇ ਚੱਕਾਂ ਨੂੰ ਤਾਰਨਾ ਕੀਤਾ ਕਿਸੇ ਨੇ ਆਖਿਆ ਰੱਬ ਦਖਣ ਵਾਲੀ ਬਾਹੀ ਚ ਕਿਸੇ ਨੇ ਆਖਿਆ ਪਸ਼ੂ ਵਾਲੀ ਬਾਹੀ ਚ ਤੇ ਬਾਬਾ ਗਿਆ ਕਾਬੇ ਬੇਪਰਵਾਹ ਨਾ ਜਿਹੜਾ ਧਾਰਮਿਕ ਬੰਦਾ ਹੁੰਦਾ ਨਾ ਉਹ ਬੇਪਰਵਾਹ ਹੋ ਜਾਂਦਾ ਜੇ ਜਦੋਂ ਧਾਰਮਿਕ ਬਣ ਜਾਏ ਮੈਂ ਨਹੀਂ ਕਹਿੰਦਾ ਮੇਰੀ ਇੱਕੋ ਇੱਕ ਡਿਊਟੀ ਹੈ ਗੁਰਬਾਣੀ ਦੀ ਵਿਆਖਿਆ ਕਰਨ ਦੀ ਗੁਰੂ ਰਾਮਦਾਸ ਨੇ ਲਾਈ ਬਾਣੀ ਕਹਿੰਦੀ ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਗ ਸੁਆਮੀ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਦ ਸੱਚੇ ਨਾ ਹੈ ਇੱਕ ਨਾਮ ਤੋਂ ਬਿਨਾ ਕਿਸੇ ਦੀ ਪ੍ਰਵਾਹ ਨਹੀਂ ਬਾਬਾ ਬੇ ਪ੍ਰਵਾਹ ਹੈ ਬਰਾਜਗ ਹੈ ਤੇ ਪੰਜਾਬ ਦਾ ਇੱਕ ਪ੍ਰੇਮੀ ਜਨ ਉਹਦਾ ਨਾਮ ਜੀਵਨ ਕਰਕੇ ਲਿਖਿਆ ਉਹਨੇ ਮਨ ਚ ਵਿਚਾਰ ਕੀਤੀ ਕਿ ਅਸੀਂ 2-4 ਮਹੀਨੇ ਇੱਥੇ ਝਾੜੂ ਮਾਰਦੇ ਹਾਂ ਅੱਲਾ ਦੀ ਸਾਡੇ ਤੇ ਰਹਿਮਤ ਹੋ ਜਾਏਗੀ ਉਹ ਧੜਕੇ ਗਿਆ ਜਿਹਨੂੰ ਆਪਾਂ ਅਮਰਤ ਵੇਲਾ ਕਹਿੰਦੇ ਉਹ ਫਜਰ ਦਾ ਟਾਈਮ ਕਹਿੰਦੇ ਨੇ ਫਜਰ ਆਪਾਂ ਅਮਰਤ ਵੇਲਾ ਕਹਿੰਦੇ ਆ ਕਹਿਣ ਲੱਗਾ ਭਰੋ ਤੁਸੀਂ ਕੌਣ ਤੁਹਾਨੂੰ ਨਹੀਂ ਪਤਾ ਵੀ ਤੁਸੀਂ ਖੁਦਾ ਵਾਲੇ ਘਰ ਵਾਲੇ ਪੈਰ ਕੀਤੇ ਨੇ ਤੇ ਬਾਬਾ ਨਾਨਕ ਕਹਿਣ ਲੱਗਾ ਭਰਾਵਾ ਤੇਰੀ ਬੋਲੀ ਤੋਂ ਜਾਪਦਾ ਪੂ ਸਾਡਾ ਪੰਜਾਬੀ ਭਰਾ ਹੈ ਤੇ ਐਨੀ ਅਖੜ ਬੋਲੀ ਨੇਰੇ ਆਇਆ ਅਸੀਂ ਗੱਲ ਨੂੰ ਗੌਲਿਆ ਨਹੀਂ ਤੇ ਜਿਹੜੇ ਪਾਸੇ ਰੱਬ ਦਾ ਘਰ ਨਹੀਂ ਤੂੰ ਗੁੱਸੇ ਕਿਹੜੀ ਗੱਲ ਤੋਂ ਉਸ ਪਾਸੇ ਪੈਰ ਕਰਦੇ ਤਲਖ ਨਹੀਂ ਬੋਲੀਦਾ ਆਪਾਂ ਇੱਕ ਇਲਾਕੇ ਦੇ ਆ ਭਰਾ ਭਾਈ ਆ ਉਹਨੂੰ ਇੰਨਾ ਗੁੱਸਾ ਆ ਵੀ ਨਾਲ ਟੀਚਰਾਂ ਕਰਦਾ ਪਹਿਲਾਂ ਤਾਂ ਇਹਨੇ ਐਸ ਪਾਸੇ ਉਹਨੂੰ ਪੈਰ ਕੀਤਾ ਉਹਨੂੰ ਟੀਚਰਾਂ ਕਰਦਾ ਗੁਰੂ ਨਾਨਕ ਪਾਤਸ਼ਾਹ ਨੂੰ ਚਰਨਾਂ ਤੋਂ ਫੜਿਆ ਤੇ ਭਾਈ ਗੁਰਦਾਸ ਜੀ ਲਿਖਦੇ ਨੇ ਟੰਗੂ ਪਗੜ ਕਸੀਟਿਆ ਫੇਰ ਆ ਮੱਕਾ ਕਲਾ ਦਿਖਾਰੀ ਜਿਹੜੇ ਪਾਸੇ ਬਾਬੇ ਦੇ ਚਰਨ ਕਰਦਾ ਕਾਬਾ ਉਸ ਪਾਸੇ ਆ ਇਹਦੇ ਵਿੱਚ ਮੈਂ ਤੁਹਾਨੂੰ ਸਾਰੇ ਜਿੰਨੇ ਮਾਈ ਪਾਈ ਉਹ ਬੇਨਤੀ ਕਰਾਂ ਕਿ ਨਿੱਕੀ ਦੀ ਚੁੰਡੀ ਕਹਿ ਦਿਓ ਪੰਜਾਬੀ ਦੀ ਬੋਲੀ ਬਾਬੇ ਨਾਨਕ ਨੂੰ ਕਾਬਾ ਮੱਥਾ ਟਿਕਦਾ ਅਸੀਂ ਬਾਬੇ ਨਾਨਕ ਦੇ ਸਿੱਖ ਕਬਰਾਂ ਨੂੰ ਮੱਥਾ ਟੇਕਣ ਤੁਰ ਪਏ ਆ ਸਾਨੂੰ ਕਿਹਦੇ ਗੁਰੂ ਅਗਲ ਦੇ ਦੇ ਕਾਬਾ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਟਿਕਦਾ ਤੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਬਾਬੇ ਨਾਨਕ ਨੂੰ ਛੱਡ ਕੇ ਤੇ ਡੇਰਿਆਂ ਤੋਂ ਨਾਮ ਲੈਣ ਤੁਰ ਪਏ ਡੇਰਿਆਂ ਤੋਂ ਮੈਂ ਬੜੀ ਬਾਣੀ ਪੜੀ ਹੈ 40 ਸਾਲ ਹੋ ਗਏ ਨੇ ਮੈਨੂੰ ਮਜੀਦ ਸਾਹਿਬ ਮੈਨੂੰ ਅਜੇ ਤੱਕ ਨਹੀਂ ਜੇ ਲੱਭਾ ਵੀ ਕੰਨਾ ਮਨਣਾ ਕਰਦੇ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ ਇਹ ਮੈਨੂੰ ਅਜੇ ਤੱਕ ਕੰਪੰਤੀ ਨਹੀਂ ਜਲਭੀ ਕੰਨਾ ਮਨਣਾ ਕਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ ਮੈਂ ਤਾਂ ਇਹ ਹੁਣ ਤੱਕ ਪੜਿਆ ਅਮਰਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅੰਤ ਅਨੰਤਾ ਰੰਗ ਤਮਾਸ਼ਾ ਅਮਰ ਦਾ ਫਾਇਦਾ ਕੀ ਹੈ ਅਮਰਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅੰਤ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਬੇ ਨਾ ਬਿਆਪੇ ਚਿੰਤਾ ਚਿੰਤਾ ਆਵੇਗੀ ਨਹੀਂ ਆ ਮੇਰੀਆਂ ਧੀਆਂ ਬੇਟੀਆਂ ਜੇ ਭੈਣੋ ਮੇਰਾ ਇਲਾਕਾ ਪੱਟੀ ਤੇ ਲਾਹੌਰ ਦਾ ਹੈ ਤਸਿਲ ਸਾਡੀ ਪੱਟੀ ਜ਼ਿਲ੍ਹਾ ਲਾਹੌਰ ਤੇ ਅਸੀਂ ਅੱਗੇ ਅਰਦਾਸ ਕਰਦੇ ਹੁੰਦੇ ਸਾਂ ਹੁਣ ਆਪਾਂ ਮਾਡਰਨ ਹੋ ਕੇ ਤੇ ਘਟਾਈ ਜਾਣੇ ਪਈ ਟਾਈਮ ਥੋੜਾ ਜਿਹਾ ਕੱਟ ਲੱਗੇ ਤਾਂ ਕਿ ਵੇਲੇ ਹੋ ਜਾਈਏ ਮੈਂ ਆਪਣੇ ਇਹਨਾਂ ਕੰਨਾਂ ਦੇ ਨਾਲ ਸੁਣੀ ਦੇ ਤੁਸੀਂ ਵੀ ਸੁਣੀ ਹੋਵੇਗੀ ਜਿਨ੍ਹਾਂ ਬੀਬੀਆਂ ਭੈਣਾਂ ਨੇ ਪੱਟੀ ਤੇ ਲਾਹੌਰ ਦੀ ਜੇਲ੍ਹ ਵਿੱਚ ਸਵਾ ਸਵਾ ਮਣਾਂ ਦੇ ਪੀ ਸਵਾ ਸਵਾ ਮਣ ਦੇ ਪੀਸਣੇ ਪੀਸੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਵਿੱਚ ਹਾਰ ਪਵਾਇਆ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਤਿੰਨਾਂ ਬੀਬੀਆਂ ਭੈਣਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੂ ਜੀ ਵੈਗਰੂ ਇਹ ਅਸੀਂ ਬੋਲਦੇ ਹੁੰਦੇ ਸੀ ਬੀਬੀਆਂ ਨੂੰ ਧਿਆਨ ਦਿਆ ਜੇ ਚਾਰ ਬੀਬੀਆਂ ਨੂੰ ਇੱਕ ਰੋਟੀ ਮਿਲਦੀ ਚਾਰ ਬੀਬੀਆਂ ਨੂੰ ਖੰਨੀ ਕਹਿੰਦੇ ਰੋਟੀ ਦਾ ਚੌਥਾ ਹਿੱਸਾ ਜਿਹਨੂੰ ਆਪਾਂ ਪੰਜਾਬੀ ਚ ਆਮ ਚੱਪਾ ਵੀ ਕਹਿ ਦਿੰਦੇ ਆ ਚਾਰ ਬੀਬੀਆਂ ਨੂੰ ਇੱਕ ਰੋਟੀ ਮਿਲਦੀ ਤੇ ਉਹਨਾਂ ਵਿੱਚ ਕਈ ਬਜ਼ੁਰਗ ਨੇ ਕਈ ਨੌਜਵਾਨ ਸਾਡੀਆਂ ਧੀਆਂ ਪੈਣਾ ਜਿਨ੍ਹਾਂ ਦੇ ਕੋਲ ਨਿੱਕੇ ਨਿੱਕੇ ਮਾਸੂਮ ਬੱਚੇ ਨੇ ਜਦੋਂ ਰੋਟੀ ਮਿਲਦੀ ਨਾ ਤੇ ਬਜ਼ੁਰਗ ਮਾਤਾ ਕਹਿੰਦੀ ਨਹੀਂ ਧੀਏ ਰਾਣੀਆਂ ਕੁੜੇ ਆ ਮੇਰੀ ਖੰਨੀ ਰੋਟੀ ਤੂੰ ਖਾ ਲਾ ਤੇਰੇ ਕੋਲ ਨਿੱਕਾ ਜਿਹਾ ਬਾਲੜਾ ਜਦੋਂ ਰੋਂਦਾ ਤੇ ਮੈਥੋਂ ਜਰਿਆ ਨਹੀਂ ਜਾਂਦਾ ਧੀਏ ਤੈਨੂੰ ਦੁੱਧ ਨਹੀਂ ਆਉਣਾ ਮੇਰੀ ਚੱਪਾ ਰੋਟੀ ਖਾ ਲਾ ਤੇ ਜਿਹੜੀ ਨੌਜਵਾਨ ਬੀਬੀ ਉਹ ਕਹਿੰਦੀ ਬੇਬੇ ਮੈਂ ਤੇਰੇ ਚਿਹਰੇ ਵੱਲ ਵੇਖ ਰਹੀਆਂ ਤੇਰਾ ਸਰੀਰ ਕੰਮ ਨਹੀਂ ਕਰਦਾ ਮੈਂ ਅਜੇ 4 ਦਿਨ ਕੱਢ ਜਾਗੀ ਤੂੰ ਮੇਰੀ ਖੰਨੀ ਰੋਟੀ ਤੂੰ ਖਾ ਲਾ ਬਜ਼ੁਰਗ ਮਾਤਾ ਉਹ ਨੌਜਵਾਨ ਬੀਬੀ ਨੂੰ ਕਹਿੰਦੀ ਤੇ ਨੌਜਵਾਨ ਬੀਬੀ ਮਾਤਾ ਨੂੰ ਕਹਿੰਦੀ ਹੈ ਜਿਹੜੇ ਪਾਪੀ ਨਿਗਾਹ ਮਾਰਦੇ ਨੇ ਕਹਿੰਦੇ ਨੇ ਕੀ ਖੱਟਿਆ ਸਿੱਖੀ ਚੋਂ ਪਤੀ ਤੁਹਾਡੇ ਮਾਰੇਗਾ ਹੁਣ ਤੁਹਾਡੇ ਸਾਹਮਣੇ ਤੁਹਾਡੇ ਬੱਚਿਆਂ ਦੇ ਟੋਟੇ ਕਰਦੇ ਆ ਉਹਨਾਂ ਦੇ ਟੋਟੇ ਕਰਕੇ ਬੀਬੀਆਂ ਦੇ ਗਲਾਂ ਵਿੱਚ ਹਾਰ ਪਾਏ ਆ ਪੜਦੇ ਇਤਿਹਾਸ ਤੇ ਉਹਨਾਂ ਨੂੰ ਪਤਾ ਕੀ ਆਖਿਆ ਏਪੀ ਦਾਤ ਤੇਰੀ ਦਤਾਰ ਬਾਜਾਂ ਵਾਲਿਆ ਵੀ ਤਰਸ ਕੀਤਾ ਹੀ ਮੇਰੇ ਕਰਮ ਚੰਗੇ ਅੱਗੇ ਮੈਂ ਸ਼ੀਧੀ ਪਤਨੀ ਸਾਂ ਹੁਣ ਸ਼ੀਧੀ ماں ਬਣ ਗਏ ਇਹ ਗੱਲਾਂ ਕੇਵਲ ਰਸਮੀ ਨਹੀਂ ਤੁਸੀਂ ਇਤਿਹਾਸ ਪੜ੍ਹਨਾ ਮੇਰੇ ਲਾਕੇ ਚ ਪਿੰਡ ਹੈ ਸਰੀਆੜੀ ਰਸਤੇ 'ਚ ਅਸੀਂ ਆਣ ਗਏ ਆ ਜਦੋਂ ਚਮਕੌਰ ਸਾਹਿਬ ਦਾ ਜੰਗ ਹੋਇਆ ਨਾ ਬੀਬੀ ਚਾਲਾ ਰਾਣੀ ਬੀਬੀ ਦਾ ਨਾਂ ਹੈ ਉਹਦੇ ਪਤੀ ਦਾ ਨਾਮ ਸਰਦਾਰ ਮਲ ਸਿੰਘ ਜਿਹੜਾ 4000 ਸਪਾਹੀਆਂ ਦਾ ਜੇਹੇਦਾਰ ਸੀ 4000 ਸਪਾਹੀ ਉਹਦੇ ਅੰਡਰ ਸਨ ਕੰਟਰੋਲ ਵਿੱਚ ਬੀਬੀ ਦਾ ਪਤੀ ਸਰਦਾਰ ਮਲ ਸਿੰਘ ਸ਼ਹੀਦ ਹੋ ਗਿਆ ਨੌਜਵਾਨ ਬੇਟਾ ਕਲਗੀਤਰ ਬਾਪੂ ਕੋਲ ਗਿਆ ਤੇ ਬੀਬੀ ਨੂੰ ਪਤਾ ਨਹੀਂ ਚੱਲਦਾ ਵੀ ਉਹ ਸ਼ਹੀਦ ਹੋ ਗਿਆ ਇਹ ਗੱਲ ਦਾ ਤੌਂਖਲਾ ਵੀ ਸਾਡੇ ਲਾਕੇ ਚੋਂ ਦੁਨੀ ਚੰਦ ਮਜੀਠੀਆ ਨਿਕਲ ਕੇ ਨਸ ਕੇ ਆ ਤੇ ਕਿਤੇ ਇਹਦੇ ਨਾਲ ਨਸ ਕੇ ਨਾ ਆ ਗਿਆ ਹੋਵੇ ਨਗਰ ਦੀਆਂ ਬੀਬੀਆਂ ਭਾਈ ਚਾਰਾ ਪੁੱਛਦਾ ਵੀ ਬੀਬੀ ਤੂੰ ਘੁੱਟੀ ਵੱਟੀਆਂ ਸੁਖ ਤਾਂ ਹੈ ਬੋਲਦੀ ਕਿਉਂ ਨਹੀਂ ਪਤਾ ਲੱਗਾ ਕੋ ਭਾਈ ਮਲ ਸਿੰਘ ਦਾ بیٹے ਦਾ ਪਤਾ ਲੱਗਾ ਉਹ ਕੋ ਜਵਾਬ ਨਹੀਂ ਦਿੰਦੀ ਹਫਤਾ ਲੰਘਿਆ ਆ ਜਿਹੜਾ 31 ਦਸੰਬਰ ਹੋਣਾ ਨਾ ਉਸ ਬੀਬੀ ਨੂੰ ਸੁਨਿਆ ਮਿਲਿਆ ਨਹੀਂ ਕੁੜੇ ਤੇਰਾ ਪੁੱਤਰ ਵੀ ਸ਼ਹੀਦ ਹੋ ਗਿਆ ਈ ਜਦੋਂ ਪੜੀ ਤਾਂ ਨਾ ਤਾਂ ਗੁਰਮੁਖੋ ਸਰੀਰ ਕੰਬ ਜਾਂਦਾ ਹੈ ਉਹ ਕਿੱਥੇ ਤੇ ਅਸੀਂ ਕਿੱਥੇ ਆ ਗਏ ਆ ਉਸ ਬੀਬੀ ਚਾਨਾ ਰਾਣੀ ਨੇ ਮੋਠ ਵਾਲੇ ਲੱਡੂ ਤਿਆਰ ਕਰਕੇ ਜਿਨਾ ਆਪਾਂ ਵਿਆਹ ਸ਼ਾਦੀ ਦੇ ਮੌਕੇ ਤੇ ਬਣਦੇ ਆ ਭਾਈ ਚਾਰਜ ਮੋਠ ਵਾਲੇ ਲੱਡੂ ਕਹਿੰਦੇ ਪਤਾ ਨਹੀਂ ਤੁਹਾਡੇ ਕੀ ਕਹਿੰਦੇ ਹਣੇ ਇਹਦੇ ਚ ਪਨੀਰੀ ਜੀ ਭਰੀ ਜਾਂਦੀ ਹੈ ਨਾ ਸਾਡੇ ਲੱਗ ਕੇ ਕਹਿੰਦੇ ਮੋਠ ਵਾਲੇ ਲੱਡੂ ਉਸ ਬੀਬੀ ਨੇ ਮੋਠ ਵਾਲੇ ਲੱਡੂ ਸਾਰੀ ਸਿਹੜਾੜੀ ਵਿੱਚ ਵੰਡੇ ਤੇ ਲੋਕਾਂ ਨੇ ਆਖਿਆ ਬੀਬੀ ਸੁਖ ਤਾਂ ਹੈ ਕਹਿਣ ਲੱਗੀ ਗੁਰੂ ਕਲਗੀਧਰ ਮੇਰੇ ਤੇ ਤਰੁੱਟ ਪਿਆ ਅੱਗੇ ਮੈਂ ਸ਼ਹੀਦੀ ਪਤਨੀ ਸਾਂ ਹੁਣ ਸ਼ਹੀਦੀ ਮਾਂ ਵੀ ਬਣ ਗਈ ਹੈ ਕੋ ਇਹੋ ਜੀ ਮਾਂ ਜਿਹਦੇ ਪੁੱਤ ਤੇ ਪਤੀ ਦੇ ਸ਼ਹੀਦ ਹੁੰਦਾ ਸਿਨ੍ਹਾ ਮਿਲੇ ਤੇ ਭਾਜੀਆਂ ਮਿਲਣ ਇਹ ਕਿੱਥੋਂ ਗੱਲ ਆਉਂਦੀ ਜੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਚੋਂ ਅਮਰਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਬੇ ਨਾ ਬਿਆਪੇ ਚਿੰਤਾ ਚਿੰਤਾ ਲੱਗੇ ਆਉਂਦੀ ਨਹੀਂ ਕਿੰਨਾਂ ਨੂੰ ਜਿਨ੍ਹਾਂ ਨੇ ਗੁਰੂ ਕਾ ਅਮਰ ਛਕਿਆ ਗੁਰੂ ਸਾਡੇ ਤੇ ਕਿਤੇ ਮਿਹਰ ਕਰਦੇ ਗੁਰਮਖੋ ਸਿੱਧ ਮਿਲੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਤੁਹਾਡਾ ਗੁਰੂ ਕੌਣ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਚਕ ਬਾਣੀ ਪੜ੍ਹਦੇ ਆਂ ਜੀ ਦਾ ਨਾਮ ਹੈ ਸਿੱਧ ਗੋਸ਼ਟ ਜਿਹਨੂੰ ਉਰਦੂ ਵਾਲੇ ਭਰਾ ਕਹਿੰਦੇ ਤਵਾਦਲੇ ਖਿਆਲਾਤ ਦੇ ਇਹਦਾ ਉਰਦੂ ਵਿੱਚ ਅਰਥ ਕਰਨਾ ਹੋਵੇ ਨਾ ਇਹਨੂੰ ਕਵਾਂਗੇ ਤਵਾਦਲੇ ਖਿਆਲਾਤ ਤੇ ਪੰਜਾਬੀ 'ਚ ਆਪਾਂ ਕਵਾਂਗੇ ਵਿਚਾਰ ਵਟਾਂਦਰਾ ਕੁਝ ਗੱਲ ਸੁਣਨੀ ਕੁਝ ਕਹਿਣੀ ਸਿੱਧਾ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸਵਾਲ ਕੀਤਾ ਤੁਹਾਡਾ ਗੁਰੂ ਕੌਣ ਹੈ ਕਵਨ ਗੁਰੂ ਕਿਸ ਦਾ ਤੂੰ ਚੇਲਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਪਮਨ ਆਰੰਭ ਸਤਿਗੁਰ ਮਤਵੇੜਾ ਸ਼ਬਦ ਗੁਰੂ ਸੁਰਤੋਂ ਚੇਲਾ ਜਦੋਂ ਇਹ ਅਸੀਂ ਗੱਲ ਕਰਦੇ ਆ ਨਾ ਤੇ ਜਿਹੜੇ ਦੇਹ ਧਾਰੀਆਂ ਦੇ ਡੇਰਿਆਂ ਦੇ ਚਮਚੇ ਨੇ ਨਾ ਚਮਚੇ ਉਹ ਕਹਿੰਦੇ ਗਿਆਨੀ ਜੀ ਹੁਣ ਇਹਦਾ ਕੀ ਜਵਾਬ ਦਿਓਗੇ ਅ ਸ਼ਬਦ ਹੀ ਲਿਖਿਆ ਨਾ ਤੇ ਤੁਹਾਡਾ ਤਾਂ ਸਭਾ ਹਰ ਗੱਲ ਨੋਕਾ ਟੋਕੀ ਕਰੀ ਜਾਣੀ ਅਸੀਂ ਬਾਬੇ ਕੋਲ ਸ਼ਬਦ ਹੀ ਲੈ ਕੇ ਆਈ ਤੂੰ ਕਹਿੰਦਾ ਨਾਮ ਨਾ ਲਿਆ ਕਰੋ ਇਦੀ ਵਿਆਖਿਆ ਜੇ ਮੇਰੇ ਕੋਲੋਂ ਕਵਾਂ ਤੇ ਤੁਸੀਂ ਕਹਣਾ ਵੀ ਸ਼ਾਇਦ ਆਪਣੇ ਪੱਖ ਦੀ ਗੱਲ ਕਿਉਂਕਿ ਅੰਮ੍ਰਿਤਧਾਰੀ ਤੇ ਨਾਲੇ ਇਹ ਦਰਬਾਰ ਸਾਹਿਬ ਦਾ ਗ੍ਰੰਥੀ ਤੇ ਕਥਾਵਾਚਕ ਹੈ ਮੈਂ ਆਪਣੇ ਆਪ ਨੂੰ ਪਾਸੇ ਕਰਕੇ ਗੱਲ ਕਰਨ ਲੱਗਾ ਇੱਕ ਕਸਾਈ ਭਰਾ ਉਹਦਾ ਨਾਮ ਆਜਨ ਟੈਰਮੀ ਹੈ ਉਹਨੂੰ ਨੋਬਲ ਪ੍ਰਾਈਜ਼ ਮਿਲਿਆ ਉਹਨੇ ਇੱਕ ਬਹੁਤ ਵੱਡੀ ਗੱਲ ਕਹੀ ਜੇ ਤੇ ਮੈਂ ਪੱਲੇਬੱਦੀ ਤੇ ਥਾਂ-ਥਾਂ ਹਰ ਥਾਂ ਤੇ ਬੇਨਤੀਆਂ ਕਰਦਾ ਉਸਾਈ ਭਰਾ ਆਰਡਰ ਟਾਈਮ ਵੀ ਕਹਿੰਦਾ ਦੁਨੀਆਂ ਦੇ ਲੋਕੋ ਇਹ ਨਹੀਂ ਆਖਿਆ ਸਿੱਖੋ ਕਹਿੰਦਾ ਦੁਨੀਆਂ ਦੇ ਲੋਕੋ ਜਦੋਂ ਸੰਸਾਰ ਵਿੱਚ ਕੁਝ ਨਾ ਰਿਹਾ ਉਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਰਹਿਣਗੇ ਇਹ ਕਹਿੰਦਾ ਕੌਣ ਜੇ ਉਸਾਈ ਵੀਰ ਦੁਨੀਆਂ ਦੇ ਲੋਕੋ ਜਦੋਂ ਸੰਸਾਰ ਵਿੱਚ ਕੁਝ ਨਾ ਰਿਹਾ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਰਹਿਣਗੇ ਤੇ ਉਹਨੂੰ ਪੁੱਛਿਆ ਵੀ ਭਾਈ ਤੂੰ ਗੁਰਬਾਣੀ ਪੜੀਦੇ ਤਾਂ ਹੀ ਇਹ ਨਹੀਂ ਵਕਾਲਤ ਕਰਦਾ ਨਾ ਤੇ ਤੇਨੂੰ ਇਹ ਪਤਾ ਹੋਣਾ ਚਾਹੀਦਾ ਬਾਣੀ ਚ ਆਉਂਦਾ ਅਰਬਦ ਨਰਬਦ ਤੁੰਦੂ ਕਾਰਾ ਉਸ ਸਾਈ ਭਰਾ ਨੂੰ ਸਵਾਲ ਕੀਤਾ ਤਰਕਵਾਦੀ ਨੇ ਕਹਿਣ ਲੱਗਾ ਭਾਈ ਸਭ ਤੁਸੀਂ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਰਹੇਗਾ ਤੇ ਕਦੇ ਬਾਣੀ ਚ ਪੰਕਤੀ ਪੜੀ ਜੀ ਅਰਬਦ ਨਰਬਦ ਤੁੰਦੂ ਕਾਰਾ ਧਰਨਾ ਗਗਨਾ ਹੁਕਮ ਅਪਾਰਾ ਨਾ ਤੇ ਰੈ ਨਾ ਚੰਦ ਸੂਰਜ ਨਾ ਤੇ ਰੈ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਏ ਦਾ ਜਦੋਂ ਸੂਰ ਤੇ ਚੰਦਰਮਾ ਨਹੀਂ ਰਹਿਣਾ ਤੇ ਗੁਰੂ ਗ੍ਰੰਥ ਕਿਵੇਂ ਰਹੇਗਾ ਇਹ ਤਰਕ ਕੀਤੀ ਉਹਨੇ ਉਹ ਵੀਰ ਡਰਿਆ ਨਹੀਂ ਘਬਰਾਇਆ ਨਹੀਂ ਉਹਦੇ ਅੰਦਰ ਫਰਮ ਫੇਦ ਹੈ ਡਿੜਿ ਵਿਸ਼ਵਾਸ ਹੈ ਉਹ ਕਹਿੰਦਾ ਗੁਰਮੁਖੋ ਇੱਕ ਗਰ ਸਾਡੀ ਸਾਰਿਆਂ ਦੀ ਸਾਂਝੀ ਇੱਥੇ ਹਿੰਦੂ ਸਿੱਖ ਮੁਸਲਮਾਨਾਂ ਦੀ ਬਾਤ ਨਹੀਂ ਉਹ ਕੀ ਘਾਵਤ ਹੈ 100 ਸਿਆਣੇ ਇੱਕੋ ਮਤ ਮੂਰਖਾਪੂ ਆਪੜੀ 100 ਸਿਆਣੇ ਹੋਣਗੇ ਨਾ ਉਹਨਾਂ ਦੀ ਇੱਕ رائے ਹੋਵੇਗੀ ਤੇ ਮੂਰਖ ਜਿੰਨੇ ਵੀ ਹੋਣਗੇ ਉਹਨਾਂ ਦੇ ਆਪੂ ਆਪਣਾ ਸਦਾਵਕ ਕਹਿਣ ਲੱਗਾ ਮੈਂ ਨਹੀਂ ਮੰਨਦਾ ਮੇਰੀ رائے ਆਹ ਹੈ ਕਹਿਣ ਲੱਗਾ ਦੁਨੀਆ ਦੇ ਤਮਾਮ ਦਾਨੇ ਇਸ ਗੱਲ ਤੇ ਸਹਿਮਤ ਨੇ ਕ੍ਰੋਧ ਇਜ਼ ਯੂਨੀਵਰਸਲ ਸਚਾਈ ਸਦੀਵੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕੀ ਹੈ ਧਿਆਨ ਦਿਆ ਜੇ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਅੱਗੇ ਲੱਗਾ ਏਕਾ ਇਹ ਕਿਉਂ ਲੱਗਾ ਹੈ ਜਿਨ੍ਹਾਂ ਨੇ ਕਾਲਜ ਵਿੱਚ ਵਿਦਿਆ ਪੜ੍ਹੀ ਉਹਨਾਂ ਨੂੰ ਚੇਤਾ ਹੋਣਾ ਚਾਹੀਦਾ ਮੈਂ 13ਵੀਂ ਜਮਾਤ 'ਚ ਖਾਲਸਾ ਕਾਲਜ ਪੜ੍ਹਿਆ ਸੀ ਅੰਗਰੇਜ਼ੀ ਵਿੱਚ 20 ਨੰਬਰ ਦਾ ਸਵਾਲ ਉਹਨੂੰ ਕਹਿੰਦੇ ਨੇ ਪ੍ਰੈਸੀ ਅੰਗਰੇਜ਼ੀ 'ਚ ਤੇ ਪੰਜਾਬੀ 'ਚ ਕਹਿੰਦੇ ਸੰਖੇਪ ਰਚਨਾ ਪੰਜਾਬੀ ਤੇ ਅੰਗਰੇਜ਼ੀ ਵਿੱਚ 20-20 ਨੰਬਰ ਦਾ ਸਵਾਲ ਆਉਂਦਾ 100 ਦੇ ਪੇਪਰ 100 ਦੇ ਪੇਪਰ 'ਚੋਂ ਸੰਖੇਪ ਰਚਨਾ ਜਾਂ ਪ੍ਰੈਸੀ ਇਸੇ ਤਰ੍ਹਾਂ ਗੁਰੂ ਬਲੰਦ ਸਿੰਘ ਜੀ ਪਾਤਸ਼ਾਹ ਦੀ ਸਾਰੀ ਬਾਣੀ ਦੀ ਪ੍ਰੈਸੀ ਨਿਚੋੜ ਕੱਢਣਾ ਹੋਣਾ ਵੀ ਸਾਰੀ ਬਾਣੀ ਦਾ ਨਿਚੋੜ ਕੀ ਹੈ ਉਹ ਨਿਚੋੜੇ ਜੇ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨ ਕੋਸੀ ਵੀ ਸੱਚ ਤੇ ਜਿੰਨੀ ਸਾਰੀ ਬਾਣੀ ਇਹ ਸੱਚ ਦੀ ਵਿਆਖਿਆ ਕਰਦੀ ਏ ਹੋਰ ਕੋਈ ਗੱਲ ਨਹੀਂ ਤੇ ਜਿਹੜੀ ਉਹਨੇ ਗੱਲ ਕਹੀ ਨਾ ਵੀ ਦੁਨੀਆਂ ਦੇ ਲੋਕੋ ਕੁਰਾਨ ਮੁਸਲਮਾਨ ਭਰਾ ਵਿਸ਼ਵਾਸ ਕਰਦੇ ਨੇ ਵੀ ਇਹ ਅੱਲਾਹ ਵੱਲੋਂ ਸਾਨੂੰ ਆਇਆ ਹੈ ਬਾਈਬਲ ਤੇ ਅੰਜੀਤ ਸਾਡੇ ਅਸਾਈ ਵੀਰ ਕਹਿੰਦੇ ਨੇ ਕਿ ਸਾਨੂੰ ਉਸ ਪਰਮਾਤਮਾ ਵੱਲੋਂ ਮਿਲਿਆ ਹੈ ਕੁਰਾਨ ਮੁਸਲਮਾਨਾਂ ਨੂੰ ਸਿਖਿਆ ਦਿੰਦਾ ਹੈ ਕਿ ਇਸ ਤਰ੍ਹਾਂ ਨਮਾਜ਼ ਪੜ੍ਹੋ ਆਹ ਕਰਮ ਕਰੋ ਬਾਈਬਲ ਤੇ ਅੰਜੀਲ ਉਹਨਾਂ ਅਸਾਈ ਵੀਰਾਂ ਨੂੰ ਸਿਖਿਆ ਦਿੰਦੀ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਇੱਕ ਦੋਨੀ ਇਹ ਸਾਰੇ ਨੂੰ ਸਿਖਿਆ ਦਿੰਦਾ ਹੈ ਇੱਥੇ ਵੰਡ ਨਹੀਂ ਮੁਸਲਮਾਨ ਆਇਆ ਤੇ ਉਹਨੂੰ ਇਹ ਨਹੀਂ ਆ ਗਿਆ ਵੀ ਤੂੰ ਮੁਸਲਮਾਨ ਧਰਮ ਛੱਡ ਦੇ ਕਹਿੰਦੇ ਮੁਸਲਮਾਨ ਧਰਮ ਬਹੁਤ ਵਧੀਆ ਹੈ ਆਪਾਂ ਤਾਂ ਦੂਜੇ ਦੀ ਗੱਲ ਕੱਟਦੇ ਆ ਨਾ ਦੂਜੇ ਦੀ ਕੱਟ ਕੇ ਤੇ ਆਪਣੀ ਗੱਲ ਕਹਿਣੀ ਹੈ ਇਹ ਦਿਲ ਨਹੀਂ ਤੋੜਦਾ ਇਹ ਕਹਿੰਦਾ ਜੇ ਮੁਸਲਮਾਨ ਹੈ ਤੇ ਜੀ ਆਇਆਂ ਨੂੰ ਪਰ ਇੱਕ ਤੂੰ ਮੇਰੇ ਕੋਲ ਆ ਮੈਂ ਤੈਨੂੰ ਕਹਿ ਦਿਆਂ ਮੁਸਲਮਾਨ ਬਣਨਾ ਓੱਖਾ ਬੜਾ ਈ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਕਹਿੰਦੇ ਮੁਸਲਮਾਨ ਹੈ ਤੇ ਮੋਸਟ ਵੈਲਕਮ ਜੀ ਆਇਆਂ ਨੂੰ ਪਰ ਮੁਸਲਮਾਨ ਬਣਨਾ ਬੜਾ ਓੱਖਾ ਹੈ ਹੈਰਾਨ ਹੋ ਗਿਆ ਕਹਿਣ ਲੱਗਾ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਕਰੋ ਕਿਰਪਾ ਕਿਹੋ ਜਾਂ ਬਣਾ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਕਹਿੰਦੇ ਮੁਸਲਮਾਨ ਮੂਮਦਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੈ ਦੁਨੀਆਂ ਰੰਗਨ ਆਵੇ ਨੇੜੇ ਜੋਂ ਕੁਸਮ ਪਾਟ ਕਿਉ ਪਾ ਕਰਾ ਔਰ ਇਸ ਗੱਲ ਦਾ ਅਸਰ ਹੋਇਆ ਸ਼ੇਰ ਮੁਹੰਮਦ ਤੇ ਜਦੋਂ ਗੁਰੂ ਕੇ ਸਾਹਿਬ ਜਾਦਿਆਂ ਨੂੰ ਸ਼ਹੀਦ ਕਰਨ ਲੱਗੇ ਨੇ ਨਾ ਤੇ ਸੁਭਾ ਕਹਿਣ ਲੱਗਾ ਵੀ ਤੇਰੇ ਭਰਾ ਨਾਰਖਾਨ ਨੂੰ ਗੁਰੂ ਗੋਬਿੰਦ ਸਿੰਘ ਨੇ 4 ਦਿਨ ਪਹਿਲਾਂ ਚਮਕੌਰ ਚ ਮਾਰਿਆ ਏ ਤੇ ਬਦਲਾ ਲੈ ਲਾ ਕਹਿਣ ਲੱਗਾ ਮੈਂ ਨਹੀਂ ਬਦਲਾ ਜਾਣਦਾ ਮੈਂ ਤਾਂ ਗੁਰੂ ਗੰਗਸਾਚੇ ਪਾਤਸ਼ਾਹ ਦੀ ਬਾਣੀ ਤੇ ਵਿਸ਼ਵਾਸ ਕਰਦਾ ਤੇ ਗੁਰੂ ਗੰਗਸਾਚੇ ਪਾਤਸ਼ਾਹ ਕਹਿੰਦੇ ਧੌਣ ਧਰਮ ਦਇਆ ਕਾ ਪੂਤ ਸੰਤੋਗ ਥਾਪ ਰੱਖਿਆ ਜਨਸੂਤ ਤੇ ਜੇ ਮੈਂ ਇਹ ਕੰਮ ਕਰਦਾ ਤੇ ਦਇਆ ਕਿੱਥੇ ਆ ਗਈ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਔਰ ਉਹ ਸ਼ੇਰ ਮੁਹੰਮਦ ਨੇ ਵਾਕ ਕਾਊਟ ਕੀਤਾ ਗੁਰੂ ਗੰਗਸਾਚੇ ਪਾਤਸ਼ਾਹ ਦੀ ਬਾਣੀ ਨੂੰ ਸਮਝ ਕੇ ਮੁਸਲਮਾਨ ਨੂੰ ਮਾੜਾ ਨਹੀਂ ਕਿਹਾ ਹਾਂ ਹਿੰਦੂ ਆਇਆ ਤੇ ਕਹਿਣ ਲੱਗੇ ਭਲਿਆ ਪੁਰਸ਼ਾ ਤੂੰ Hindu ਜਾਪਦਾ ਨਾਂ ਤੇਰੇ ਮੱਥੇ ਤੇ ਤਿਲਕ ਨਾਂ ਤੇਰੇ ਜਨੇਊ ਤੇ Hindu ਭਰਾ ਕਹਿੰਦਾ ਮਹਾਰਾਜ ਕਰਦੇ ਕਿਰਪਾ ਸਾਰਿਆਂ ਦਾ ਸਾਂਝਾ ਜੁ ਹੋਇਓ ਕਹਿੰਦੇ ਕੱਲਾ ਤਾਗਾ ਲਮਕਾਉਣ ਨਾਲ ਗੱਲ ਨਹੀਂ ਮਤਰਾ ਬਣਨੀ ਕਹਿੰਦਾ ਦੱਸੋ ਜੀ ਕਰੋ ਕਿਰਪਾ ਇਹ ਕਹਿੰਦੇ ਦਇਆ ਕਪਾਲ ਸੰਤੋਗ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਐ ਤਾਂ ਪਾੜੇ ਕਤ ਜੇ ਦਾਇਆ ਨਾ ਜਾਤ ਹੈ ਨਾ ਤੇ ਫਿਰ ਜਨੇਊ ਪਾ ਨਹੀਂ ਤੇ ਵਿਖਾਰੇ ਨਾਲ ਬਾਤ ਨਹੀਂ ਪੜਨੀ ਇਥੇ ਇੱਕ ਮੈਂ ਆਪਣੀ ਗੱਲ ਵੀ ਕਹਿ ਦਿਆਂ ਆਪਾ ਅਮਰ ਛਕਿਆ ਧਿਆਨ ਦਿਆ ਜੀ ਮੈਂ ਦਮਦਮਿਤਿਤ ਸਾਲ ਵਿੱਚ 16 ਸਾਲ ਪੰਜਾਂ ਪਿਆਰਿਆਂ ਵਿੱਚ ਸੇਵਾ ਕੀਤੀ ਗੁਰੂ ਪਾਤਸ਼ਾਹ ਨੇ ਮਿੱਥੋਂ ਲਈ ਹੈ ਜਦੋਂ ਅਸੀਂ ਅਮਰ ਛਕਿਆ ਸੀ ਨਾ ਸਾਨੂੰ ਪੰਜ ਪਿਆਰੇ ਸਨ ਹੁਕਮ ਕੀਤਾ ਸੀ ਵੀ ਗੁਰਮਖੋ ਜੇ ਕੜਾ ਕਿਸੇ ਮੌਕੇ ਤੁਹਾਡੇ ਹੱਥੋਂ ਨਿਕਲ ਜੇ ਤੇ ਫੱਟ ਲੈ ਪਾ ਕੇ ਤੇ ਅਰਦਾਸ ਕਰਨੀ ਪਾਛਾ ਮੈਨੂੰ ਤਿਆਰ ਬੁਰ ਤਿਆਰ ਰੱਖੋ ਝੇ ਕੰਗਾ ਹੱਥੋਂ ਛੁੱਟ ਜੇ ਤਾਂ ਵੀ ਆ ਮੱਕੰਗੇ ਦੀ ਗੱਲ ਕਰਦਾ ਤੇ ਮੈਂ ਹੈਰਾਨ ਜਾਉ ਨਾ ਵੀ ਜਮਾਨਾ ਮਾਡਰਨ ਬੜਾ ਹੋ ਗਿਆ ਉਹ ਕੀ ਕਰ ਚ ਸ਼ੀਸ਼ਾ ਰੱਖਿਆ ਇੱਕ ਪਲਾਸਟਿਕ ਦੀ ਕੰਗੀ ਰੱਖੀ ਹੈ ਜੇ ਬੀਬੀ ਆਈ ਤੇ ਉਹਨੇ ਵੀ ਫੜੀ ਜੇ ਬੀਬਾ ਤੇ ਉਹਨੇ ਫੜੀ ਲੱਕੜ ਦਾ ਕੰਗਾ ਉਹ ਢੀ ਗਿਆ ਮਾਡਰਨ ਜਮਾਨਾ ਜੁ ਹੋਇਆ ਹੋਣਾ ਤੇ ਲੱਕੜ ਦਾ ਕੰਗਾ ਅੱਜ ਉਹਦੇ ਜਿਹੜੇ ਅੱਗ ਭੁਰ ਜਾਂਦੇ ਨੇ ਦੰਦੇ ਤੇ ਅਸੀਂ ਤਾਂ ਸਾਂਝਾ 13 ਸਾਲ ਹੋ ਗਏ ਨੇ ਗਿਆਨੀ ਜੀ ਪਲਾਸਟਿਕ ਦੀ ਕੰਗੀ ਤੇ ਟੁੱਟੀ ਨਹੀਂ ਸਦਕੇ ਜਾਵਾ ਸਿੱਖੀ ਦੇ ਮਾਡਰਨ ਸਿੱਖੀ ਹੋ ਗਈ ਭੁੱਲ ਗਏ ਅਸੀਂ ਰਹਿਤ ਮਰਯਾਦਾ ਨੂੰ ਉਥੇ ਲਿਖਿਆ ਸਾਬਤ ਸੂਰਤ ਸਿੱਧਾ ਦਾੜਾ ਕਾੜ ਕਾ ਕੰਗਾ ਕੇਸਿੰਗ ਚਾੜਾ ਮਿਰਗੀ ਤੇ ਇਹ ਦੱਸ ਪਲਾਸਟਿਕ ਦੀ ਕੰਗੀ ਕਿੱਥੇ ਲਿਖੀ ਸਰਦਾਰ ਜੀ ਕਿੱਥੇ ਲਿਖੀ ਪਲਾਸਟਿਕ ਦੀ ਕੰਗੀ ਅਸ ਇੰਪੋਰਟੰਟ ਬੂਤੇ ਹੋ ਗਏ ਹਨ ਮੈਂ ਗੱਲ ਮੁਕਾਵਾਂ ਨਾ ਕੰਗਾ ਡਿਗ ਪਿਆ ਤੇ ਕੱਲੇ ਅਰਦਾਸ ਕੀਤੀ ਤੇ ਜੇ ਕਿਰਪਾਨ ਘਾਤਰਾ ਢਿਲਾ ਹੁਣ ਕਰਕੇ ਥੋੜੀ ਜੀ ਪਾਸੇ ਹੋ ਗਈ ਤਾਂ ਵੀ ਅਰਦਾਸ ਇਥੇ ਕਿਰਪਾਨ ਦੀ ਗਲਤੋਂ ਕਈਆਂ ਨੇ ਹੱਸ ਪੈਣਾ ਕੁਦਰਤੀ ਤੌਰ ਤੇ ਸੰਗਤਾਂ ਦਾ ਦਿਹਾੜਾ ਸੀ ਤੇ ਆਪਾਂ ਬੂਤੇ ਜਾਣੇ ਪਿਆ ਆਪਾਂ ਕੜਾ ਪ੍ਰਸ਼ਾਦ ਦੇ ਮੌਕੇ ਤੇ ਜਾਵਾਂਗੇ ਬਾਬਾ ਤਾਂ ਪਾਠ ਰੋਜ਼ ਹੀ ਕਰੀ ਜਾਂਦਾ ਹੈ ਬਾਬਾ ਜੀ ਨੇ ਬਾਰਾਮਾ ਦਾ ਪਾਠ ਕੀਤਾ ਤੇ ਇੱਕ ਬੰਦਾ ਆ ਗਿਆ ਅਮਰਧਾਰੀ ਤੇ ਕਹਿਣ ਲੱਗਾ ਗੁਰਮਖਾਈ ਵੀ ਗੁਰੂ ਨੇ ਚੰਗਾ ਕੀਤਾ ਭਰਾਵਾ ਮੈਂ ਅਰਦਾਸ ਕਰਾਂਗਾ ਤੇ ਤੂੰ ਕਿਰਪਾਨ ਭੇੜ ਕਰ ਦੇਂ ਕਹਿੰਦਾ ਬਾਬਾ ਜੀ ਠੀਕ ਹੈ ਹੁਣ ਬਾਬਾ ਜੀ ਅਰਦਾਸ ਕਰਦੇ ਨੇ ਪਈ ਹੁਣ ਲਾਓ ਭੋਗ ਹਾਰਾ ਸੱਚੇ ਪਾਤਸ਼ਾਹ ਕੜਾ ਪ੍ਰਸ਼ਾਦੀ ਦੇ ਤਿਆਰ ਦਰ ਪ੍ਰਵਾਨ ਕਰੋ ਉਹ ਬੰਦਾ ਕੁੜੀ ਜਾਂਦਾ ਤੇ ਦੇ ਕੋਈ ਭੋਗ ਲਵਾਇਆ ਨਹੀਂ ਪ੍ਰਸ਼ਾਦ ਭੇੜ ਕੀਤਾ ਹੀ ਨਹੀਂ ਗਰੰਦੀ ਸਿੰਘ ਕਹਿਣ ਲੱਗਾ ਵੀ ਗੁਰਮੁਖਾ ਮੈਂ ਤੈਨੂੰ ਬੇਨਤੀ ਕੀਤੀ ਸੀ ਭਲਿਆ ਵੀ ਮੈਂ ਅਰਦਾਸ ਕਰਾਂਗਾ ਪਾਤਸ਼ਾਹ ਕੜਾ ਪ੍ਰਸ਼ਾਦ ਦੀ ਦੇਹ ਹਾਜ਼ਰੇ ਦਰ ਪ੍ਰਵਾਨ ਕਰੋ ਇਹ ਤੂੰ ਭੁੱਲ ਨਿਆ ਕਹਿੰਦਾ ਬਾਬਾ ਜੀ 13 ਸਾਲ ਅਮਰ ਛਕੇ ਨੂੰ ਹੋ ਗਏ ਨੇ ਇਹ ਮੈਂ ਬੜਾ ਜੋਰ ਲਾਇਆ ਕਿਰਪਾਨ ਨਿਕਲੀ ਨਹੀਂ ਆਰੇ ਸਾਡੀ ਸਿੱਖੀ 13 ਸਾਲ ਹੋ ਗਏ ਮਾਈ ਦੇ ਲਾਲ ਨੇ ਕਦੇ ਕਿਰਪਾਨ ਮਿਆਨ ਚੋਂ ਕੱਢੀ ਨਹੀਂ ਵੀ ਇਹ ਉਦੋਂ ਨਿਕਲੇਗੀ ਜਦੋਂ ਫੁੱਲ ਚੁੱਕ ਕੇ ਗੋਦਵਾਲ ਪਾਉਣਗੇ ਨਾ ਉਹਨੂੰ ਇਕੱਠੇ ਚੱਲਣਗੇ ਅਸੀਂ ਕੱਢ ਕੇ ਲੈਣਾ ਵੀ ਕੀ ਹੈ ਰੱਬ ਦਾ ਵਾਸਤਾ ਜੇ ਪਮਾਨਾ ਕਰਿਆ ਕਰੋ ਗਿਆਨੀ ਜੀ ਗੁੱਸਾ ਨਾ ਕਰਨਾ ਸਾਨੂੰ ਤਾਂ ਐਉਂ ਜਾਪਦਾ ਵੀ ਤੁਹਾਨੂੰ ਟਾਈਮ ਦਿੱਤਾ ਪ੍ਰਬੰਧਕਾਂ ਨੇ ਬਾਅਦ ਜ਼ਿਆਦਾ ਰਾਗੀ ਸਿੰਘ ਲੇਟ ਆਉਣੇ ਤੇ ਤੁਸੀਂ ਆਪਣੇ ਕੋਈ ਟਕੌਂਚ ਦੇ ਕਢੀ ਜਾਂਦੇ ਜੋ ਇਹਦੇ ਨਾਲ ਭਲਾ ਕੀ ਹੋ ਗਿਆ ਜੇ ਨਹੀਂ ਨਿਕਲੀ ਤੇ ਸਨਸਕਾਰ ਦੇ ਮੌਕੇ ਸਰਕਾਰ ਹੋ ਜਾਏਗਾ ਤੁਹਾਨੂੰ ਕੀ ਪਰੇਸ਼ਾਨੀ ਹੈ ਮੈਨੂੰ ਕੋਈ ਪਰੇਸ਼ਾਨੀ ਨਹੀਂ ਮੇਰੀ ਡਿਊਟੀ ਮੈਂ ਵਾਰ-ਵਾਰ ਬੇਨਤੀ ਕਰ ਰਿਹਾ ਵੀ ਗੁਰਮਤਿ ਪ੍ਰਚਾਰ ਦੀ ਤੇ ਗੁਰਮਤਿ ਪ੍ਰਚਾਰ 'ਚ ਲਿਖਿਆ ਬਾਬੇ ਦੀ ਲਿਖਤਾਂ ਵਿੱਚ ਰਹਿਤ ਨਾਮਿਆਂ 'ਚ ਕਿਰਪਾਨ ਪਾਨ ਧਾਰਿਯੰ ਕਰੋੜ ਪਾਪ ਟਾਰਿਯੰ ਅਸ ਕਿਰਪਾਨ ਖੰਡੂ ਖੜਕ ਤੁਪਕ ਤਬਰ ਅਰ ਤੀਰ ਸਹਿਬ ਸਰੋਹੀ ਸਹਿਤੀ ਯੈ ਹਮਾਰੇ ਪੀਰ ਇਹ ਸਾਡੇ ਪੀਰ ਨੇ ਇਨ ਨਮਸਕਾਰ ਕਰ ਕਿਰਪਾਨ ਪਾਨ ਧਾਰਿਯੰ ਕਰੋੜ ਪਾਪ ਟਾਰਿਯੰ ਕੱਲਾ ਕਿਰਪਾਨ ਪਾਉਣ ਨਾਲ ਤੇਰਾ ਕਰੋੜ ਪਾਵਤ ਹੋਤਾ ਗਿਆ ਕਿਰਪਾਨ ਇੰਨੀ ਮਾਨ ਹੈ ਤੇ ਤੂੰ ਕਹਿੰਦਾ ਲੋੜ ਹੀ ਕੋਈ ਨਹੀਂ ਮੈਂ ਗੱਲ ਕਸ਼ਹੜੇ ਦੀ ਕਰਨ ਲੱਗਾ ਸੌਤੇ ਆ ਜਾ ਪੰਜ ਪਿਆਰੇ ਸਹਿਬਾਨ ਕਹਿੰਦੇ ਭੀ ਜੇ ਕਿਤੇ ਗੁਸਲਖਾਨੇ ਚ ਇਸ਼ਨਾਨ ਪਾਨ ਕਰਦੇ ਆ ਵੇਸਲੇ ਹੋ ਜੀ ਤੇ ਆਪਣੇ ਦੋ ਗਿੱਟਿਆਂ ਤੋਂ ਪਹੁੰਚਾ ਲੈ ਜਾਣ ਲੈ ਜਾਣ ਉਦੋਂ ਕੱਲੇ ਅਰਦਾਸ ਨਹੀਂ ਕਰਨੀ ਪੰਜਾਂ ਸਿੰਘਾਂ ਕੋਲ ਕਰਾਉਣੀ ਹੈ ਪੰਜਾਂ ਕੋਲੋਂ ਕਿਰਪਾਨ ਪਾ ਕੇ ਆਪ ਕਰਨੀ ਹੈ ਕੰਗੇ ਦੀ ਆਪ ਕਰ ਲੈਣੀ ਹੈ ਕੜੇ ਦੀ ਆਪ ਕਰ ਲੈਣੀ ਹੈ ਪਰ ਜੇ ਦੋ ਗਿੱਟਿਆਂ ਤੋਂ ਕਸ਼ਹਿਰਾ ਲੈ ਗਿਆ ਨਾ ਜਾਣ ਕੇ ਨਹੀਂ ਲੱਥਾ ਕੁਦਤੀ ਹੋ ਗਿਆ ਤੇ ਪੰਜਾਂ ਕੋਲੋਂ ਕਰਾ ਮੈਂ ਗੱਲ ਕੀਤੀ ਸੀ ਦਇਆ ਕਪਾ ਸੰਤੋਖ ਸੂਤ ਜਤ ਗਣੀ ਸਤ ਪਰ ਉਥੇ ਲਿਉਣੀ ਹੈ ਜਿਹੜਾ ਕਸ਼ਹਿਰਾ ਨਾ ਇਹ ਜਤ ਸਤ ਦਾ ਪ੍ਰਤੀਕ ਹੈ ਜਤ ਸਤ ਦਾ ਗੁਰੂ ਕੇ ਸਿਖਾ ਜੇ ਕਸ਼ਹਿਰਾ ਪਾ ਲਿਆਈ ਤੇ ਗੁਰੂ ਗੋਬਿੰਦ ਸਿੰਘ ਦੀ ਇਹ ਪੰਕਤੀ ਚੇਤੇ ਰੱਖੀ ਸੁਧ ਜਪਤੇ ਹਮ ਲਈ ਬਚਨ ਗੁਰਦੈ ਖਮਾਰੇ ਪੂਤ ਇਹੀ ਪ੍ਰਣ ਤੋਏ ਪ੍ਰਾਨ ਜਬਲਾ ਕਰਤਾਰੇ ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਣਈਓ ਪਰ ਨਾਰੀ ਕੀ ਸੇਜ ਪੂਰ ਸੁਪਨੇ ਹੋਣਾ ਚਾਹੀਓ ਪ੍ਰਤੱਖ ਤਾਂ ਕੀ ਸੁਪਨੇ ਦੇ ਵਿੱਚ ਵੀ ਆਪਣੇ ਬਿਸਰੇ ਤੋਂ ਦੂਜੇ ਦੇ ਪੈਰ ਨਿਉ ਪਾਉਣਾ ਗਿਆਨੀ ਜੀ ਦੁਨੀਆ ਚ ਵਿਚੜਦੇ ਆ ਤੇ ਭਾਈ ਗੁਰਦਾਸ ਕਹਿੰਦੇ ਤੈਨੂੰ ਆਖਿਆ ਵੀ ਨਾ ਵਿਚਰ ਥੋੜਾ ਜਿਹਾ ਇਨਸਾਨ ਬਣ ਕੇ ਚੱਲ ਕੀ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆ ਜਾਣੇ ਵੇਖਣਾ ਪਾਪ ਨਹੀਂ ਪਰ ਇਹ ਵੇਖ ਸਾਹਮਣੇ ਬੈਠੀ ਏ ਮੇਰੀ ਧੀ ਵਰਗੀ ਜਿਹੜੀ ਪਿੱਛੇ ਬੈਠੀ ਮੇਰੀ ਭੈਣ ਵਰਗੀ ਜਿਹੜੀ ਰਾਜ ਬਜ਼ੁਰਗ ਮਿਲੀ ਸੀ ਉਹਦਾ ਮਹਾਂਦਰਾ ਮੇਰੀ ਮਾਂ ਨਾਲ ਮਿਲਦਾ ਮਾਂ ਨਾਲ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣੇ ਪਰਾਇ ਬੀਬੀ ਨੂੰ ਧੀ ਤੇ ਭੈਣ ਕਹਿ ਗੁਰਮੁਖੋ ਇਹ ਬਾਣੀ ਕਹਿੰਦੀ ਹੈ ਜਤ ਪਹਾਰਾ ਤੀਜ ਸੁਨਿਆਰ ਅਹਿਰ ਨ ਮਤ ਵੇਦ ਹਥਿਆਰ ਭੌ ਖਲਾ ਅਗੰਤ ਬਤਾਉ ਭਾਂਡਾ ਪਾਉ ਅਮਰਤਿਤ ਢਾਲ ਘੜੀਏ ਸ਼ਬਦ ਸਚੀ ਟਕਸਾਲ ਪਰ ਇਧਰ ਆਵੇਗਾ ਕੌਣ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਗੱਲ ਕਰ ਰਿਆ ਸਾਂ ਵੀ ਗੁਰੂ ਗ੍ਰੰਥ ਸਾਚੇ ਪਾਤਸ਼ਾਹ ਸਾਰਿਆਂ ਦਾ ਸਾਂਝਾ ਹੈ ਜਿਮੀਂਦਾਰ ਆਇਆ ਤੇ ਉਹਨੂੰ ਆਖਿਆ ਮਨ ਹਾੜੀ ਕਿਸਾਨੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਜੇ ਵਪਾਰੀ ਆਇਆ ਉਨ੍ਹਾ ਆਖਾ ਹਾਨ ਹਟ ਕਰ ਆਜਾ ਸਤਿਨਾਮ ਕਰ ਵੱਤ ਫੁਰਤ ਸੋਚ ਕਰ ਭਾਂਡ ਸਲ ਤੇ ਤੈਨੂੰ ਰੱਖ ਬਣ ਜਾ ਰਿਆਂ ਸੋ ਬਣਜ ਕਰ ਲੈ ਲਾਹਾ ਮਨ ਹਸ ਗੁਰੂ ਪਾਤਸ਼ਾਹ ਨੇ ਕਿਹਾ ਮੇਰਾ ਗੁਰੂ ਸ਼ਬਦ ਹੈ ਤੇ ਸ਼ਬਦ ਕਿਹੜਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਦੂਜਾ ਜਾਮਾ ਆਇਆ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਉਹਨਾਂ ਨੇ ਇੱਕ ਸਾਨੂੰ ਬਹੁਤ ਵੱਡਾ ਨੁਕਤਾ ਦਿੱਤਾ ਹੈ ਬਹੁਤ ਇੰਪੋਰਟੈਂਟ ਉਹ ਕੀ ਹੈ ਅਸੀਂ ਜਿੱਥੇ ਵੀ ਜਾਂਦੇ ਹਾਂ ਸਾਨੂੰ ਦੋ ਚਾਰ ਭੈਣਾ ਭਰਾ ਵੱਡੇ ਛੋਟੇ ਤਕਰੀਬਨ ਇਹ ਕਹਿੰਦੇ ਨੇ ਗਿਆਨੀ ਜੀ ਬਾਣੀ ਪੜੀਦੀ ਹੈ ਪਰ ਮਨ じゃ ਨਹੀਂ ਲੱਗਦਾ ਇਹ ਤੁਹਾਡਾ ਕਾਮਨ ਸਵਾਲ ਹੈ ਆਮ ਮਨ ਜੁੜਦਾ ਨਹੀਂ ਇਹਦਾ ਤਰੀਕਾ ਗੁਰੂ ਅੰਗਦ ਸਾਹਿਬ ਨੇ ਸਾਨੂੰ ਦੱਸਿਆ ਹੈ ਪੰਕਤੀਆਂ ਵੱਲ ਧਿਆਨ ਦੇਣਾ ਨਾਨਕ ਨਾਮ ਨਰੰજન ਜਾਨਿਓ ਇਹ ਗੁਰੂ ਅੰਗਦ ਸਾਹਿਬ ਦੇ ਸੋਈਆਂ ਦੇ ਵਿੱਚ ਪੰਕਤੀ ਹੈ ਪਾਠ ਵੀਰਾਂ ਨੇ ਜੋ ਆਪਾਂ ਨੂੰ ਗੁਰੂ ਅੰਗਦ ਸਾਹਿਬ ਨੇ ਦਿੱਤਾ ਉਹਦੇ ਬਾਰੇ ਜਾਣਕਾਰੀ ਦੇ ਦੇ ਰਹੇ ਹਾਂ ਨਾਨਕ ਨਾਮ ਨਰੰજન ਜਾਨਿਓ ਕੀਨੀ ਭਗਤ ਪ੍ਰੇਮ ਲਿਵ ਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸੈਰ ਇਹ ਪਾਠ ਕਰ ਲੰਗਾ ਸੁਚੇਤ ਰਹਿਣਾ ਚਾਹੀਦਾ ਕਈ ਪਰਦੇ ਸ਼ਾਇਰ ਸ਼ਾਇਰ ਗਲਤ ਹੈ ਸ਼ਾਇਰ ਦਾ ਨਾ ਕਵੀ ਇਥੇ ਸ਼ਾਇਰ ਦਾ ਅਰਥ ਹੈ ਸਮੁੰਦਰ ਗੁਰੂ ਨਾਨਕ ਪਾਤਸ਼ਾਹ ਸਾਗਰ ਰੂਪ ਨੇ ਤੇ ਉਹਨਾਂ ਦੀ ਸੰਗਤ ਕਰਕੇ ਗੁਰ ਅੰਗਦ ਸਾਹਿਬ ਸਮੁੰਦਰ ਰੂਪ ਬਣ ਗਏ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੇ ਸ਼ਬਦ ਨਾਲ ਸੁਰਤੀ ਨੂੰ ਜੋੜਨ ਦੀ ਨੀ ਰੱਖੀ ਆ ਪੰਜ ਸ਼ਬਦ ਵਾਲੇ ਪਾਸੇ ਤਾਂ ਜਾਂਦੇ ਨਹੀਂ ਆ ਘਰਾਂ ਚ ਫੋਟੋਆਂ ਲਾਈਆਂ ਨੇ ਗਿਆਨੀ ਜੀ ਜਦੋਂ ਦੇ ਇਹਨਾਂ ਦੇ ਬਾਬਿਆਂ ਦੇ ਚਲ ਲੜੀ ਲੜ ਲੱਗੇ ਨਾ ਬਾਬਿਆਂ ਤਾਰ ਮੈਂ ਕਿਹਾ ਬਾਬੇ ਨੇ ਤੇਰਾ ਬੇੜਾ ਗਰਕਰਦ ਨਹੀਂ ਆ ਬਾਬਿਆਂ ਦੇ ਲੜ ਲੱਗੇ ਆ ਤਾਂ ਬਾਬਿਆਂ ਨੇ ਬੇੜਾ ਤੇਰਾ ਤਾਰਿਆ ਤੇ ਇਹਨੇ ਡੋਬਿਆ ਸਿੱਖਾ ਗੁਰਮਤਿ ਨਹੀਂ ਗੁਰਮਤਿ ਆ ਗੁਰੂ ਗੁਰੂ ਕੋਰ ਕਰਮਨ ਮੋਰ ਗੁਰੂ ਬਿਨਾ ਮਾ ਨਾਈ ਹੋਰ ਜਿਹੜੇ ਦੇਹ ਧਾਰੀਆਂ ਦੇ ਚੇਲੇ ਨੇ ਨਾ ਉਹ ਆਪਣੇ ਗੁਰੂ ਦੇ ਕੋਲੋਂ ਇੱਕ ਗੱਲ ਸੁਣ ਕੇ ਤੇ ਸਾਨੂੰ ਗਮਰਾਹ ਕਰਦੇ ਧਿਆਨ ਦੇ ਆ ਜੇ ਬੜੀ ਕੀਮਤੀ ਬਾਤ ਹੈ ਇਹ ਮੈਂ ਆਪਣੇ ਚਾਚੇ ਕੋਲੋਂ ਪੜ੍ਹੀ ਹੈ ਉਹ ਕਹਿੰਦੇ ਤੁਸੀਂ ਕਹਿੰਦੇ ਗੁਰੂ ਨਾ ਦੇਹ ਧਾਰੀ ਗੁਰੂ ਨਹੀਂ ਚਾਹੀਦਾ ਤੇ ਜਿਨ੍ਹਾਂ ਚੇ ਦੇਹ ਘਾ ਧਾਰੀ ਗੁਰੂ ਨਾ ਹੋਵੇਗਾ ਤੇ ਸਾਨੂੰ ਸਮਝਾਵੇਗਾ ਕੌਣ ਅਸੀਂ ਇਹ ਨਹੀਂ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਗੁਰੂ ਨਹੀਂ ਗੁਰੂ ਮੰਨਦੇ ਆ ਪਰ ਦੇਹ ਧਾਰੀ ਤਾਂ ਨੇ ਵੀ ਇਹਦੇ ਤੋਂ ਬਣਾ ਸਮਝਾਇਆ ਨਹੀਂ ਜਾਂਦਾ ਇਹ ਉਹਨਾਂ ਦਾ ਪੁਆਇੰਟ ਜੇ ਦੇਹ ਧਾਰੀਆਂ ਦਾ ਇਹਦਾ ਜਵਾਬ ਇਹ ਹੈ ਬੜਾ ਸਾਦਾ ਜਿਹਾ ਇੱਕ ਫੌਜੀ ਫੋਰ ਵਿੱਚ ਹੈ ਲਾਟਾਂ ਦੇ ਖਰਾਬ ਹੋਣ ਕਰਕੇ ਉਹਨੂੰ ਛੁੱਟੀ ਨਹੀਂ ਮਿਲਦੀ ਉਹਨੇ ਮਨੀ ਆਰਡਰ ਭਾਇਆ ਕਰ ਦਿੱਤੀ ਘਰ ਤੇ ਨਾਲ ਪਤਨੀ ਨੂੰ ਚਿੱਠੀ ਲਿਖੀ ਡਾਕਿਆ ਚਿੱਠੀ ਲੈ ਕੇ ਆਇਆ ਤੇ ਬੀਬੀ ਅਨਪੜਾ ਉਹ ਕਹਿੰਦੀ ਭੈਣ ਜੀ ਭੈਣ ਜੀ ਫੌਜੀ ਸਾਹਿਬ ਦੀ ਚਿੱਠੀ ਤੇ ਉਹ ਕਹਿਣ ਲੱਗੀ ਵੀਰਾ ਉਹ ਥੋੜੀ ਜੀ ਖੇਚੜ ਕਰ ਭਰਾਵਾ ਮੈਂ ਅਨਪੜ ਮੈਥੋਂ ਪੜੀ ਨਹੀਂ ਜਾਣੀ ਤੇ ਤੂੰ ਆਹ ਕੁਰਸੀ ਤੇ 2 ਮਿੰਟ ਬਹਿ ਤੇ ਮੈਂ ਚਾਹ ਬਣਾ ਲਾਂ ਤੇ ਮੁੜ ਕੇ ਆਪਣੀ ਭੈਣ ਨੂੰ ਚਿੱਠੀ ਦੱਸ ਕੇ ਤੇ ਚਲਾ ਜਾਏ ਡਾਕਿਆ ਬਹਿ ਜਾਂਦਾ ਹੈ ਚਿੱਠੀ ਫੌਜੀ ਭਰਾ ਨੇ ਲਿਖੀ ਹੈ ਤੇ ਡਾਕਿਆ ਪੜਦਾ ਕਹਿੰਦਾ ਮੇਰੀ ਪਿਆਰੀ ਧਰਮ ਪਤਨੀ ਮੈਂ ਤੁਹਾਨੂੰ ਪੈਸੇ ਭੇਜ ਚੁੱਕਾ ਹਾਂ ਮੇਰਾ ਮਨ ਦਿਨੇ ਰਾਤ ਤੁਹਾਨੂੰ ਮਿਲਣ ਨੂੰ ਚਾਹੁੰਦਾ ਹੈ ਬੱਚਿਆਂ ਦਾ ਖਿਆਲ ਰੱਖੀ ਤੇਰਾ ਪਿਆਰਾ ਪਤੀ ਗੱਲ ਸਾਦੀ ਦੇ ਚਿੱਠਣ ਵਾਲੀ ਜੀ ਮੇਰੇ ਚਾਚੇ ਨੇ ਥਾਂ-ਥਾਂ ਤੇ ਸਾਨੂੰ ਪੜਾਈ ਤੇ ਉਹ ਅਰਥਾਂ ਤੇ ਬੋਲਦੇ ਹੁੰਦੇ ਸਨ ਧਿਆਨ ਦਿਓ ਜਿਹੜੇ ਕਹਿੰਦੇ ਨੇ ਕਿ ਜਿਹੜਾ ਬਾਬਾ ਬੋਲ ਕੇ ਤੁਹਾਨੂੰ ਦੱਸਦਾ ਉਹ ਦੇਹ ਧਾਰੀ ਗੁਰੂ ਹੈ ਹੁਣ ਇਹ ਦੱਸੋ ਕਿ ਚਿੱਠੀ ਜਿਹੜੀ ਹੈ ਉਹ ਫੌਜੀ ਨੇ ਲਿਖੀ ਹੈ ਤੇ ਡਾਕਿਆ ਬੀਬੀ ਦੇ ਕੋਲ ਬੈਠ ਕੇ ਕਹਿੰਦਾ ਮੇਰੀ ਪਿਆਰੀ ਧਰਮ ਪਤਨੀ ਚਿੱਠੀ ਦਾ ਫੌਜੀ ਦੀ ਨਾ ਤੇ ਚਿੱਠੀ ਤੇ ਲਿਖਿਆ ਮੇਰੀ ਪਿਆਰੀ ਧਰਮ ਪਤਨੀ ਮੈਂ ਇੱਥੇ ਠੀਕ ਠਾਕ ਆ ਬੱਚਿਆਂ ਦੀ ਖੈਰ ਮੰਗਦਾ ਮੇਰਾ ਅੱਠੇ ਪਰ ਤੇਰੀ ਵਾਲੇ ਪਾਸੇ ਖਿਆਲ ਹੈ ਤੇ ਤੁਸੀਂ ਦੱਸੋ ਵੀ ਜਿਉ ਡਾਕਿਆ ਸਮਝ ਲੇ ਵੀ ਇਹ ਮੇਰੀ ਪਿਆਰੀ ਪਤਨੀ ਤੇ ਫਿਰ ਉਹਦੇ ਹੱਡ ਪਸਣੀਆਂ ਟੁੱਟਣਗੇ ਨਾ ਪਤਨੀ ਉਹਦੀ ਹੈ ਜਿੰਨੇ ਚਿੱਠੀ ਲਿਖੀ ਹੈ ਸਾਡਾ ਪਤੀ ਗੁਰੂ ਨਾਨਕ ਪਾਤਸ਼ਾਹ ਹੈ ਸਾਡਾ ਪਤੀ ਗੁਰੂ ਅੰਗਦ ਸਾਹਿਬ ਹੈ ਸਾਡਾ ਪਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਹੈ ਅਸੀਂ ਬਾਣੀ ਦੀ ਵਿਆਖਿਆ ਕਰਨ ਵਾਲੇ ਡਾਕੀਏ ਹਾਂ ਜਿਵੇਂ ਡਾਕੀਏ ਦਾ ਸਤਿਕਾਰ ਕੀਤਾ ਉਹਨਾਂ ਕਰੋ ਸਾਨੂੰ ਪਤੀ ਨਾ ਮੰਨੋ ਬੜੀ ਸਿੰਪਲ ਜੀ ਧਾਰਨਾ ਹੈ ਅਸੀਂ ਗੁਰਬਾਣੀ ਦਾ ਅਰਥ ਕਰਦੇ ਹਾਂ ਅਸੀਂ ਕੇਵਲ ਤੇ ਕੇਵਲ ਗੁਰੂ ਦਾ ਸਿਨੇਹਾਂ ਦੇਨੇ ਡਾਕੀਆ ਹਾਂ ਪਰ ਜਿਹਦੀ ਚਿੱਠੀ ਹੈ ਨਾ ਪਤੀ ਉਹ ਹੈ ਚਿੱਠੀ ਦੀ ਵਿਆਖਾ ਕਰਨ ਵਾਲਾ ਪਤੀ ਨਹੀਂ ਹੋ ਸਕਦਾ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੇ ਸਾਨੂੰ ਝੁਗਤੀ ਦਿੱਤੀ ਹੈ ਨਾਨਕ ਨਾਮ ਨਰੰજન ਜਾਨਿਓ ਈਨੀ ਭਗਤ ਪ੍ਰੇਮ ਲਿਵ ਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸੈਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਸ਼ਬਦ ਨਾਲ ਸੁਰਤੀ ਨੂੰ ਜੋੜਦੀ ਨਹੀਂ ਰੱਖੀ ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ ਤੁਸੀਂ ਕਹਿੰਦੇ ਮਨ ਨਹੀਂ ਜੁੜਦਾ ਆਪਾਂ ਬਾਣੀ ਦੂਜਿਆਂ ਨੂੰ ਸੁਣਾਉਣੇ ਆਪ ਸੁਣਦੇ ਨਹੀਂ ਸੁਣਾ ਮੈਂ ਪਾਠ ਕੀਤਾ ਚੰਗਾ ਲੱਗਾ ਚੰਗਾ ਲੱਗੇ ਤਾਂ ਮਾੜਾ ਲੱਗੇ ਗੁਰਮਖਾ ਬਾਣੀ ਖੁਦ ਪਹਿਲਾਂ ਆਪ ਸੁਣ ਦੂਜੇ ਨਾਲ ਸੁਣ ਆਪਾਂ ਬਹੁਤਾ ਜ਼ੋਰ ਦੂਜਿਆਂ ਨੂੰ ਸੁਣਾਉਣ ਲਈ ਲਾਉਂਦੇ ਆ ਔਰ ਅਸੀਂ ਜਾਨਾ ਤਕਨੀਕ ਪੜ੍ਹਦੇ ਆ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਲਾਓ ਸੁਣ ਮਨ ਤੇ ਪ੍ਰੈਕਟੀਕਲ ਤੌਰ ਤੇ ਤਰ ਤੇ ਮਨ ਦੇ ਕਿਹੜਾ ਆਪਾਂ ਜਿਹੜੀ ਆਪਣੇ ਮਤਬ ਦੀ ਗੱਲ ਆਪਾ ਉਹ ਬੰਦਦੇ ਆ ਤੁਸੀਂ ਹੱਸ ਪੋਗੇ ਮੇਰੀ ਘਰ ਦੀ ਕੱਲ ਦੀ ਗੱਲ ਜੇ ਮੇਰੇ ਪੋਤੇ ਨੂੰ ਚਾਰ ਬਾਣੀਆਂ ਕੰਠ ਨੇ ਜਪਜੀ ਸਾਹਿਬ ਸੋਈਏ ਚੌਪੀ ਸਾਹਿਬ ਤੇ ਕੀਰਤਨ ਸੋਲਾ ਤੇ ਕੱਲ ਉਹਨੇ ਇਸ਼ਨਾਨ ਕੀਤਾ ਤੇ ਨੰਗਾ ਸੀ ਤੇ ਉਹਦੀ ਦਾਦੀ ਕਹਿਣ ਲੱਗੀ ਪੁੱਤ ਤੂੰ ਹਣ ਸਿਆਣਾ ਹੋ ਗਿਆ 8 ਸਾਲ ਦਾ ਹੋ ਗਿਆ ਤੇ ਨੰਗੇ ਨਹੀਂ ਫਿਰਦਾ ਕਹਿੰਦਾ ਦਾਦੀ ਜੀ ਪਾਣੀ 'ਚ ਲਿਖਿਆ ਹੈ ਇਹ ਕੱਲ ਦੀ ਗੱਲ ਜੇ ਮੇਰੇ ਘਰ ਦੀ ਉਹ ਕਹਿਣ ਲੱਗੀ ਪੁੱਤ ਇਹ ਕਿੱਥੇ ਲਿਖਿਆ ਕਹਿੰਦਾ ਜੀ ਅੰਤ ਕੋ ਨਾਗੇ ਹੀ ਪਾਇ ਪਧਾਰੇ ਤੇ ਉਹ ਮੈਨੂੰ ਸਿੰਘਣੀ ਕਹਿਣ ਲੱਗੀ ਵੀ ਗਿਆਨੀ ਸਿੰਘ ਸਾਹਿਬ ਤੁਹਾਡਾ ਪੋਤਾ ਵੀ ਕਥਾਵਾਚਕ ਬਣ ਗਿਆ ਇਹ ਕੱਲ ਦੀ ਮੇਰੇ ਘਰ ਦੀ ਗੱਲ ਜੇ ਵੇਖੋ ਪੰਕਤੀ ਕਿਹੜੀ ਕੱਢੀ ਆਂਦਾ ਪਾਣੀ 'ਚ ਲਿਖਿਆ ਦਾਦੀ ਮੈਂ ਪੜਿਆ ਹੈ ਅੰਤ ਕੋ ਨਾਗੇ ਹੀ ਪਾਇ ਪਧਾਰੇ ਅਸੀਂ ਆਪਣੇ ਮਤਬ ਦੀ ਗੱਲ ਕਰਦੇ ਆ ਬਾਣੀਆਂ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਰ ਲਾਓ ਆਪਣੀ ਬਿਰਤੀ ਨੂੰ ਅੰਤਰਮੁਖੀ ਕਰਕੇ ਅੰਦਰੋਂ ਨਹਾਉਣ ਦਾ ਯਤਨ ਕਰੋ ਤਾਂ ਕਿ ਸਾਡੀ ਮੈਲ ਲਹਿ ਜਾਏ ਇਹ ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਆਹ ਮੈਂ ਕੁਰਸੀਆਂ ਵਾਲੀ ਮਾਈਆਂ ਦਾ ਤਲਾਦੀਆਂ ਯਾਨੀ ਮੈਂ ਸੌਖਾ ਕੰਮ ਕਰ ਦਿੱਤਾ ਕਿ ਮੈਨੂੰ ਤਿਆਰੀ ਨਹੀਂ ਕਰਨੀ ਪਈ ਇਹ ਮਕਥਾ ਕਰਕੇ ਤੇ ਮੇਰਾ ਟਾਈਮ ਪਾਸ ਹੋ ਜਾਏਗਾ ਪਰ ਮਾਇਆ ਚਲੀ ਗਈ ਕਿ ਉਹ ਤਰ੍ਹਾਂ ਮਰ ਜਾਏ ਬੁੱਢਾ ਉਹਨਾ ਨੂੰ ਕਹਣਾ ਉਹ ਤਰ੍ਹਾਂ ਬੁੱਢਾ ਮਰ ਜਾਏ ਤੇ ਬੀਬੀਓ ਅਜੀ ਮੈਂ ਤਾਂ ਕਹਿਵਾ ਤੁਸੀਂ ਬਹੁਤੀਆਂ ਤਿਆਰ ਜੇ ਹੋ ਸਕਦਾ ਤੁਹਾਡੀ ਵਾਰੀ ਪਹਿਲਾਂ ਆ ਜਾਏ ਇਹ ਤਾਂ ਗੁਰੂ ਜਾਣਦਾ ਨਾ ਉਹ ਤਰ੍ਹਾਂ ਬੁੱਢਾ ਜਾ ਇਹੋ ਹੀ ਬਹੁਤਾ ਭੋਂਗਦਾ ਹੈ ਬਾਕੀ ਠੀਕ ਨੇ ਤੇ ਮੈਂ ਭੋਂਕਣਾ ਤਾਂ ਹੈ ਕਿਉਂਕਿ ਮੈਂ ਪੰਕਤੀ ਪੜਦਾ ਹਮ ਕੂਕਰ ਤੇਰੇ ਦਰਬਾਰ ਮੈਂ ਗੁਰੂ ਨਾਨਕ ਦੇਵ ਜੀ ਨੂੰ ਕਹਿੰਨਾ ਹਮ ਕੂਕਰ ਤੇਰੇ ਦਰਬਾਰ ਭੋਂਕੇ ਆਗੇ ਬਦਨ ਪਸਾਰ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਮੇਰੇ ਤੇ ਮਿਹਰ ਕਰੀ ਮੈਂ ਤੇਰਾ ਕੁੱਤਾ ਬਣ ਕੇ ਭੋਂਕਦਾ ਰਵਾਂ ਇਹ ਮੇਰੀ ਡਿਮਾਂਡ ਹੈ ਕਿਉਂ ਤੁਸੀਂ ਕਿਹਾ ਨਾ ਤੁਸੀਂ ਬਿਲਕੁਲ ਆਖਿਆ ਕਿ ਕਬੀਰ ਕੋਕਰਾਮ ਕੋ ਮੁੱਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਆੜਾ ਮੈਂ ਪਾਇਆ ਨਾ ਪਟਾ ਇਹ ਗੁਰੂ ਨਾਨਕ ਪਾਤਸ਼ਾਹ ਦਾ ਮੇਰੇ ਗਲ ਵਿੱਚ ਪਟਾ ਹੈ ਗੁਰੂ ਕਿਰਪਾ ਕਰੇ ਗੁਰੂ ਨਾਨਕ ਪਾਤਸ਼ਾਹ ਇਹ ਪਟਾ ਪਾਈ ਰੱਖੀ ਮੈਂ ਕਿਤੇ ਵਾਰਾ ਨਾ ਹੋ ਜਾਵਾਂ ਜਿਹੜਾ ਪਟੇ ਵਾਲਾ ਕੁੱਤਾ ਨਾ ਉਹਨੂੰ ਕੋ ਮਾਰ ਨਹੀਂ ਦੇ ਸਕਦਾ ਵਾਰੇ ਨੂੰ ਗੋਲੀਆਂ ਭਾਵੇਂ ਕੋਈ ਵੀ ਪਾ ਦੇ ਗੁਰੂ ਅਮਰਦਾਸ ਪਾਤਸ਼ਾਹ ਸਾਨੂੰ ਕੀ ਕਹਿੰਦੇ ਨੇ ਆਵੋ ਸਿੱਖ ਕਿਤੇ ਕਤਰ ਕਰਿਆ ਕਰੋ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ ਇਹ ਨਹੀਂ ਆਖਿਆ ਪੀਜਾ ਬਣਿਆ ਤੇ ਆ ਜਾਓ ਸਾਡੇ ਗੁਰੂ ਨੇ ਇੱਥੇ ਪੀਜ਼ਾ ਬਣਿਆ ਤੇ ਪੀਜ਼ਾ ਬਣਿਆ ਹਨ ਤੇ ਕਹਿੰਦੇ ਅੱਜ ਇੱਥੇ ਲੋਈਆਂ ਪ੍ਰੋਗਰਾਮ ਹਨ ਮੈਂ ਸੁਣਿਆ ਪੀਜ਼ਾ ਬਣਿਆ ਗਿਆਨੀ ਜੀ ਟਾਰਗੇਟ ਪੀਜ਼ਾ ਤੇ 버ਗਰ ਜੇ ਤਾਂ ਪ੍ਰੰਗੰਧ ਪ੍ਰੰਗੰਧ ਕਾ ਨੇ ਬਣਾਇਆ ਤਿਆਰ ਕੀਤਾ ਗਿਆਨੀ ਜੀ ਵੱਟ ਕੱਢ ਘਤੇ ਜੇ ਪੀਜ਼ਾ ਬਣਾਇਆ ਤੇ ਜੇ ਨਹੀਂ ਨਾ ਬਣਿਆ ਤੇ ਬੇੜਾ ਗਰਕ ਹੋ ਜੇ ਮਸੰਦਾਂ ਦਾ ਭਲੇ ਕੱਖ ਨਹੀਂ ਪਾਇਆ ਸਰਟੀਫਿਕੇਟ ਵੇਖੋ ਗੁਰੂ ਅਮਰਦਾਸ ਪਾਥਾ ਕਹਿੰਦੇ ਵੀ ਨਾ ਦਾ ਪੀਜ਼ਾ ਬਣਿਆ ਤੇ ਨਾ 버ਗਰ ਤੇ ਮੇਰੇ ਕੋਲ ਆਓ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਗਾਵੋ ਲਫ਼ਜ਼ ਕਿਉਂ ਕਿਹਾ ਹੈ ਇਹਦਾ ਜਵਾਬ ਸਾਡੇ ਕਵੀ ਭਰਾਕ ਬੜਾ ਸੁੰਦਰ ਬੰਦ ਬੋਲਦੇ ਨੇ ਸਾਡੇ ਕੁਇਸ਼ਰ ਵੀਰ ਕਹਿੰਦੇ ਨੇ ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ ਰੋਣੇ ਗਮਾਂ ਦੇ ਬਾਜ ਨਹੀਂ ਰੋਏ ਜਾਂਦੇ ਦਰਦਾਂ ਬਾਜਨਾ ਸੀਨੇ ਵਿੱਚ ਛੇਕ ਹੁੰਦੇ ਛੇਕਾਂ ਬਾਜਨਾ ਮੋਤੀ ਪਰੋਏ ਜਾਂਦੇ ਖੁਸ਼ੀ ਤੋਂ ਬਿਨਾ ਗਾਇਆ ਨਹੀਂ ਜਾਂਦਾ ਥਾਂ ਤਾਂ ਗੁਰੂ ਪਾਤਸ਼ਾਹ ਨੇ ਜਿਹੜੇ ਗਾਇਆ ਲੱਭ ਲਕਰ ਜਿਆ ਨਾ ਉਹਦਾ ਭਾਵੇਂ ਕੋਈ ਬਾਣੀ ਸਜਾ ਨਹੀਂ ਇਹਨੂੰ ਖੁਸ਼ੀ ਨਾਲ ਗਾ ਸਾਡੇ ਇੱਕ ਨਵਾਂ ਕੰਮ ਚੱਲਿਆ ਵੀ ਮੈਂ ਤੇਨਾਂ ਮਿੰਟਾਂ ਜਬਜੀ ਸਾਹਿਬ ਪੜ ਦੇਣਾ ਮੈਂ ਹੁਣੇ ਨਿਵੇੜ ਕੇ ਆ ਰੱਬ ਦਾ ਵਾਸਤਾ ਬਾਣੀ ਨਿਵੇੜੀ ਦੀ ਨਹੀਂ ਗੁਨਾਹ ਨਿਵੇੜੀ ਦੇ ਨੇ ਬਾਣੀ ਰਸ ਲੈ ਕੇ ਬਾਣੀ ਦਾ ਰਸ ਲਿਆ ਕਰੋ ਆਨੰਦ ਲਿਆ ਕਰੋ ਆਵੋ ਸਿੱਖ ਸਤ ਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਤੇ ਬਾਣੀ ਕਿਹੜੀ ਗਾਵੋ ਬਾਣੀ ਤਾਂ ਗਾਵੋ ਗੁਰੂ ਕੇਰੀ ਇਹ ਨਹੀਂ ਕਿ ਜੋ ਆਇਆ ਤੇ ਬੋਲੀ ਗਏ ਨਹੀਂ ਨਹੀਂ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਪਰ ਇਧਰ ਆਵੇਗਾ ਕੌਣ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਇਤਨਾ ਸਮਾਣੀ ਜਿਦੇ ਤੇ ਉਹਦੀ ਨਿਗਾਹ ਹੋਈ ਜਿਦੇ ਤੇ ਉਹਦੀ ਬਖਸ਼ਿਸ਼ ਹੋਈ ਨਾ ਇਹ ਗੁਰੂ ਕੀ ਬਾਣੀ ਉਹਦੇ ਦੇ ਵੀ ਟੇਗੇਗੀ ਬਾਕਿਆਂ ਨੂੰ ਚੰਗੀ ਨਹੀਂ ਚ ਲਗਣੀ ਤਨ ਗੁਰੂ RAMDAS ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਦਰ ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕਰਕੇ ਮੈਨੂੰ ਸੇਵਾ ਬਖਸ਼ੀ ਮੇਰੇ ਕਰਮ ਬਹੁਤ ਚੰਗੇ। ਮੈਨੂੰ ਇੱਕ ਵੀ ਨਾ ਮੇਰੀ ਸੁਭਾਵਕ ਤੁਸੀਂ ਕਹਣ ਗਿਆਨੀ ਜੀ ਆਪ ਦੀਆਂ ਕਰਦੀਆਂ ਗੱਲਾਂ ਕਰਕੇ ਤੇ ਟਾਈਮ ਪੂਰਾ ਕਰਕੇ ਮੈਨੂੰ ਬੜੀ ਚੰਗੀ ਕਰਮੇ ਰਿਆ ਵਾਪਰੀ ਮੈਂ ਕਹਿਣ ਲੱਗਾ। ਮੈਨੂੰ ਧਰਮ ਪਤਨੀ ਕਿੰਦੀ ਸਿੰਘ ਸਾਹਿਬ ਜਿਹਨੇ ਤੁਸੀਂ ਪੜਿਓ ਤੇ ਸਰਕਾਰੀ ਨੌਕਰੀ ਕਰਦੇ ਤੇ ਅਫਸਰ ਲੱਗ ਜਾਂਦੇ। ਮੈਂ ਉਹਨਾਂ ਪੜਿਆ ਨਹੀਂ ਜਿੰਨਾਂ ਉਹ ਸਮਝ ਲਿਆ। ਮੈਂ ਕਿਹਾ ਵਾਤ ਉਹਦਾ ਆਪਾਂ ਕਹਿੰ ਤੂੰ ਡੀਸੀ ਲੱਗਾ। ਸਾਡੇ ਆਮ ਡੀਸੀ ਤਿੰਨ ਅਸੀਂ ਤਿੰਨ ਪੋਸਾਂ ਜਾਂਦੇ ਇੱਕ ਡੀਸੀ ਇੱਕ ਪਟਵਾਰੀ ਇੱਕ ਥਾਣੇਦਾਰ ਇਹ ਤਿੰਨ ਪੋਸਾਂ ਮਸ਼ਹੂਰ ਨੇ ਕਿ ਤੂੰ ਵੱਡਾ ਥਾਣੇਦਾਰ ਹੈ ਤੇ ਪਟਵਾਰੀ ਕੋਲ ਆਪਾਂ ਚਾਲੂਗਾ ਇਸ ਕਰਕੇ ਪਟਵਾਰੀ ਤੋਂ ਵੀ ਡਰਦੇ ਆ ਤੇ ਉੱਥਾ ਹੋ ਗਿਆ ਡੀਸੀ ਮੈਂ ਉਹਨਾਂ ਨੂੰ ਆਖਿਆ ਮੈਂ ਆਖਿਆ ਵੀ ਪੰਜਾਬ ਦੇ 20 ਡੀਸੀ ਨੇ ਤੇ ਆਪਣੇ ਅੰਮ੍ਰਿਤਸਰ ਦੇ ਡੀਸੀ ਦਾ ਮੈਨੂੰ ਅੱਜ ਤੱਕ ਨਾ ਨਹੀਂ ਆਉਂਦਾ ਆਪਣੇ ਭਾਗਾ ਵਾਰੀਏ ਕਰਮ ਚੰਗੇ ਬਾਬੇ ਬੁੱਢੇ ਦੀ ਥਾਂ ਤੇ ਸਾਨੂੰ ਬਹਿਣ ਦਾ ਮੌਕਾ ਮਿਲਿਆ ਅਰਬਾਂ ਪਤੀ ਬੰਦਾ ਉਥੇ ਆ ਕੇ ਚੋਰ ਨਹੀਂ ਕਰ ਸਕਦਾ ਤੇ ਗੁਰੂ ਰਾਮਦਾਸ ਨੇ ਸਾਨੂੰ ਗੋਦੀ 'ਚ ਪਿਠਾਇਆ ਇਹਦੋਂ ਕਾ ਲੈਣਾ ਕੀ ਆਪਾਂ ਅਰਬਾਂ ਪਤੀ ਬੰਦਾ ਸਾਡੀ ਧੱਕੇ ਨਾਲ ਡਿਊਟੀ ਬਦਲਾ ਸਕਦਾ ਵੀ ਸਿੰਘ ਸਭ ਨੂੰ ਪਾਸੇ ਕਰ ਦਿਓ ਸਾਨੂੰ ਪਾਸੇ ਕਰਨ ਵਾਲਾ ਆਪ ਉਥੇ ਚੋਰ ਨਹੀਂ ਕਰ ਸਕਦਾ ਇਹ ਗੁਰੂ ਰਾਮਦਾਸ ਦੀ ਬੜਾਈ ਹੈ ਹਮ ਰੁੜਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਉਸ ਥਾਂ ਤੋਂ ਇੱਕ ਮੈਸੇਜ ਆਉਂਦਾ ਜੇ ਉਹਨੂੰ ਪੱਲੇ ਬੰਨ ਲਓ ਅਸੀਂ ਜਦੋਂ ਅਰਦਾਸ ਕਰਦੇ ਆਂ ਤੇ ਅਸੀਂ ਕਹਿੰਨੇ ਸਿੱਖਾਂ ਨੂੰ ਸਿੱਖੀ ਦਾਣ ਸਾਰੀਆਂ ਗਿਲ ਆਪਾਂ ਕਹਿੰਨੇ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ ਇਸ਼ਾਨਾਨ ਇਸ ਕਰਕੇ ਨਹੀਂ ਵੀ ਅਸੀਂ ਫਿਰ ਇੱਕ ਹੋਰ ਨਵਾਂ ਕੰਮ ਕਰਨ ਲੱਗ ਪਏ ਬੜੇ ਫਕਰ ਨਾਲ ਗੋਲਡਨ ਟੈਂਪਲ ਬਿਲਕੁਲ ਗਲਤ ਹੈ ਅਡਾਨੀ ਤੇ ਬਾਨੀ ਮੋਦੀ ਦੇ ਯਾਰ ਕੱਲ ਕਿਤੇ ਗੋਲਡਨ ਲਾ ਕੇ ਬਣਾ ਲੈਣਗੇ ਮੰਦਿਰ ਤੇ ਉਹਨੂੰ ਤੁਸੀਂ ਗੋਲਡਨ ਟੈਂਪ ਆਪਾਂ ਕਹਾਂਗੇ ਜਾਵਾਂਗੇ ਮੱਥਾ ਟੇਕਣਾਂ ਗੋਲਡਨ ਦਾ ਭਾਵ ਦਾ ਸੁਨਹਿਰੀ ਮੰਦਰ ਸੋਨਾ ਲੱਗਾ ਹੈ ਅਸੀਂ سونے ਦੇ ਮੰਦਰ ਕਰਕੇ ਮੱਥਾ ਨਹੀਂ ਟੇਕਦੇ ਅਸੀਂ ਮੱਥਾ ਟੇਕਦੇ ਹਰ ਮੰਦਰ ਕਰਕੇ ਰੱਬ ਦਾ ਮੰਦਰ ਦੇਵੀ ਦੇ ਮੰਦਰ ਵਿੱਚ ਸਾਡੇ ਮੁਸਲਮਾਨ ਭਰਾ ਨਹੀਂ ਜਾਂਦੇ ਉਹਨਾਂ ਦਾ ਉੱਥੇ ਨਿਚਾ ਨਹੀਂ ਅਜਮੇਰ ਮਹਾਂਪੁਰਸ਼ ਮੁਸਲਮਾਨ ਦੀ ਜਗ੍ਹਾ ਬਣੀ ਉੱਥੇ ਦੂਜੇਆਂ ਮੁਲਕਾਂ ਵਿੱਚੋਂ ਆ ਕੇ ਨਤਮਸਤਕ ਹੁੰਦੇ ਨੇ ਪਰ Hindu ਭਰਾ ਨਹੀਂ ਜਾਂਦੇ ਅਜਮੇਰ ਹਰਮੰਦਰ ਇੱਕ ਐਹੋ ਜੀ ਜਗ੍ਹਾ ਹੈ ਉੱਥੇ ਕੋਈ ਪੁੰਨ ਨਹੀਂ ਜਾਵੇ ਪਾਪੀ ਜਾਵੇ Hindu ਜਾਵੇ ਮੁਸਲਮਾਨ ਜਾਵੇ ਬੀਬੀ ਜਾਵੇ ਮਰਦ ਜਾਵੇ ਕਿਸੇ ਨੂੰ ਮਨਾਈ ਨਹੀਂ ਤੇ ਖਾ ਜਿਹੜੀ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਉਹ ਇਹ ਹੈ ਜਿਨਨੇ ਦੁਨੀਆਂ ਦੇ ਮਕਾਨ ਨੇ ਉਹਨਾਂ ਨੂੰ ਬਾਹਰੋਂ ਕੁੰਡਾ ਹੁੰਦਾ ਪਰ ਹਰਮੰਦਰ ਸਾਹਿਬ ਨੂੰ ਬਾਹਰ ਕੋਈ ਕੁੰਡਾ ਨਹੀਂ ਜੇ ਹਰਮੰਦਰ ਸਾਹਿਬ ਨੂੰ ਬਾਹਰ ਤੁਸੀਂ ਜਗ ਅਟੈਕ ਕਰਨਾ ਕੋਈ ਕੁੰਡਾ ਨਹੀਂ ਬਾਹਰ ਕੁੰਡਾ ਹੁੰਦਾ ਦੁਕਾਨ ਨੂੰ ਜਦੋਂ ਆਪਾਂ ਦੁਕਾਨ ਬੰਦ ਕਰਦੇ ਆ ਨਾ ਕਿ ਆਪਾਂ ਇੱਕ ਕਾਕਾ ਦੁਕਾਨ ਵਧਾ ਦੇ ਜੰਦਰਾ ਲਾ ਦੇ ਹਰਮੰਦਰ ਨੂੰ ਬਾਹਰ ਕੋਈ ਕੁੰਡਾ ਨਹੀਂ ਰੱਬ ਦਾ ਕਰਨ ਤੇ ਘਰ ਨੂੰ ਕੁੰਡਾ ਅੰਦਰੋਂ ਹੁੰਦਾ ਹੈ ਦੁਕਾਨ ਨੂੰ ਬਾਹਰ ਹੁੰਦਾ ਹੈ ਉਸ ਰੱਬ ਦੇ ਘਰ ਵਿੱਚੋਂ ਇੱਕ ਆਵਾਜ਼ ਆਉਂਦੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਅਸੀਂ ਅੰਮ੍ਰਿਤਸਰ ਦਾ ਧਿਆਨ ਕਿਉਂ ਧਰਦੇ ਆਂ ਉਤੋਂ ਆਵਾਜ਼ ਆਈ ਨਾਟਨ ਰੈਣ ਮੱਲਾ ਚੌਥਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਨਾਲ ਇਹ ਆਖਿਆ ਗੁਰਬਾਣੀ ਕਹੇ ਸੇਵਕ ਜਨ ਮੰਨੇ ਜੋ ਗੁਰਬਾਣੀ ਕਹਿੰਦੀ ਨਾ ਸੇਵਾਦਾਰ ਬਣ ਕੇ ਮੰਨ ਵਰਤਖ ਗੁਰੂ ਨਸਤਾਰੇ ਕਿ ਤੈਨੂੰ ਸੰਸਾਰ ਪਰਪੰਚ ਤੋਂ ਗੁਰੂ ਬੰਨੇ ਕਰ ਦੇਗਾ ਪਰ ਜੋ ਗੁਰਬਾਣੀ ਕਹਿੰਦੀ ਸੇਵਕ ਸਿੱਖ ਪੂਜਨ ਸਭ ਆਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰੂ ਕੀ ਆਗਿਆ ਸਤ ਸਦ ਕਰਮਾਨੀ ਜਿਨ੍ਹਾਂ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਉਹਨਾਂ ਦਾ ਗਾਇਆ ਸੁਣਿਆ ਸਫਲਾ ਪੰਚਮ ਪਾਛਾ ਗੁਰੂ ਅਰਜਨ ਦੇ ਮਹਾਰਾਜ ਅਸੀਂ ਜਦੋਂ ਧਰਮ ਗੰਥਾਂ ਦਾ ਮੁਤਾਲਆ ਕਰਦੇ ਆ ਨਾ ਤੇ ਉੱਥੇ ਜ਼ਿਕਰ ਆਉਂਦਾ ਹੈ ਕਿ ਵਿਸ਼ਨੂੰ ਮਹਾਰਾਜ ਦੇ 24 ਅਵਤਾਰ ਨੇ ਜਿਨ੍ਹਾਂ ਚੋਂ 22 ਹੋ ਚੁੱਕੇ ਦੋ ਅਜੇ ਹੋਣੇ ਨੇ ਵਿਸ਼ਨੂੰ ਮਹਾਰਾਜ ਦੇ ਅਵਤਾਰ ਸਾਡੇ ਹਿੰਦੁਸਤਾਨ ਦੇ ਹਿੰਦੂ ਮਾਤੇ ਦੇ ਦੇਵਤਿਆਂ ਵਿੱਚੋਂ ਸਭ ਤੋਂ ਸ਼ਰੋਮਣੀਆਂ ਵਿਸ਼ਨੂੰ ਮਹਾਰਾਜ ਉਹਨਾਂ ਦੇ ਭਾਈ ਅਵਤਾਰ ਹੋ ਚੁੱਕੇ ਤੇ ਦੋ ਜੇ ਹੋਣੇ ਨੇ ਇੱਕ ਕਲਕੀ ਅਵਤਾਰ ਤੇ ਇੱਕ ਮੀਰ ਬਹੀ ਦੀ ਅਕੋਰਡਿੰਗ ਤੋਂ ਦਸ਼ਮ ਗ੍ਰੰਥ ਗਿਆਨੀ ਜੀ ਤੁਹਾਨੂੰ ਸੁਣ ਲਈ ਆਏ ਸਾਂ ਤੇ ਤੁਹਾਨੂੰ ਬਿਮਾਰੀ ਪੈ ਗਈ ਦਸਮ ਗੰਥ ਵਾਲੇ ਪਾਸੇ ਹੀ ਚਲੇਗਾ ਅਸੀਂ ਦਸਮ ਨੂੰ ਮੰਨਦੇ ਹੀ ਨਹੀਂ ਤੁਸੀਂ ਕਿੱਥੋਂ ਆ ਗਏ ਜੇ ਆਪਣਾ ਗੱਥਾ ਕਰਕੇ ਜਾ ਤਤਰੋ ਦਸਮ ਦੀ ਗੱਲ ਵਿੱਚੇ ਵਾਰ ਦਿੱਤੀ ਜੇ ਉਹ ਭਰਾਵਾ ਅਮਰੀਕਾ ਨੂੰ ਵਾਰਣੀ ਐ ਮੈਂ ਤਾਂ ਤਾਂ ਗੱਲ ਕੀਤੀ ਵੀ ਸਿੰਘਾਂ ਨੇ ਅਰਦਾਸ ਕੀਤੀ ਵੀ ਦਸਮ ਦੇ ਵਿੱਚੋਂ ਹੀ ਮੈਂ ਤਾਂ ਦਸਮ ਦੀ ਗੱਲ ਤਾਂ ਕੀਤੀ ਐ ਵੀ ਵੀਰ ਨੇ ਅਰਦਾਸ ਕੀਤੀ ਵੀ ਦਸਮ ਗ੍ਰੰਥ ਜੀ ਲਿਖੀ ਹੈ ਪ੍ਰਥਮ ਭਗਉਦੀ ਸਿਮਰ ਕੇ ਤੂੰ ਕਿਨਾਂ ਵੀ ਦਸਮ ਦੀ ਵਿਰੋਧਤਾ ਕਰਿਆ ਕਰੋ ਨਾ ਮੰਨਿਆ ਕਰੋ ਮੈਂ ਕਹ ਨਾ ਮੈਂ ਨਾ ਮੰਨਣ ਤੇ ਟਉਣ ਵਾਲਾ ਕੌਣ ਆ ਦਸਮ ਵਿੱਚ ਲਿਖਿਆ ਪ੍ਰਥਮ ਭਗਉਦੀ ਸਿਮਰ ਕੇ ਗੁਰੂ ਨਾਨਕ ਨੀਂ ਤੇ ਆਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਐਣੀ ਵੀ ਦਸਮ ਚ ਲਿਖਿਆ ਈ ਜਿਹੜਾ ਨਾ ਪੜਿਆ ਨਾ ਹਮਰੀ ਕਰੋ ਆਦੇ ਰਛਾ ਪੂਰਨ ਹੋਏ ਚਿੱਤ ਕੀ ਇਛਾ ਇਹ ਵੀ ਦਸਮ ਦੇ ਵਿੱਚੋਂ ਪੜਿਆ ਈ ਭਰਾਵਾ ਇੰਨਾ ਉਲਟਣਾ ਓ ਕੱਲ ਨੂੰ ਅਮਨ ਸੰਚਾਰ ਹੋਣਾ ਸ਼ਾਇਦ ਸultanpur ਉੱਥੇ ਪੰਜਾਂ ਪਿਆਰਿਆਂ ਨੇ ਪੰਜ ਬਾਣੀਆਂ ਪੜਨੀਆਂ ਨੇ ਜਪਜੀ ਸਾਹਿਬ ਜਾਪ ਸਭ ਸੋਈਏ ਚੌਪਈ ਸਾਹਿਬ ਤੇ ਅਨੰਦ ਸਾਹਿਬ ਜੇ ਆਪਾਂ ਦਸਮਨੂ ਪਾਸੇ ਕੀਤਾ ਤੇ ਫਿਰ ਭੜਕੇ ਦੋ ਪਿਆਰੇ ਲੱਗਣਗੇ ਤੇਨਾਂ ਨੂੰ ਛੁੱਟੀ ਕਰਦੇ ਆਂਗੇ ਆਪਾਂ ਉਦੋਂ ਤਾਂ ਪੰਜ ਪਿਆਰੇ ਹੀ ਨਾ ਇਹਦਾ ਭਾਵ ਕਿ ਤੇਨਾਂ ਪਿਆਰ ਨੂੰ ਛੁੱਟੀ ਕਰੋ ਵੀ ਅਸੀਂ ਤਾਂ ਦਸਮਨੂ ਮੰਨਦੇ ਨਹੀਂ ਅਸੀਂ ਤਾਂ ਅਨੰਦ ਸਾਹਿਬ ਪੜਨਾਂ ਤੇ ਜਪਜੀ ਸਾਹਿਬ ਤੋਂ ਛੁੱਟੀ ਕਰੋ ਰੱਬ ਦਾ ਵਾਸਤਾ ਜੀ ਧਰਮ ਦੀ ਨੀ ਸ਼ਰਧਾ ਤੇ ਹੈ ਧਰਮ ਦੀ ਨੀ ਨੁਕਤਾ ਚੀਨੀ ਤੇ ਨਹੀਂ ਅਸੀਂ ਪੜਿਆ ਹੁਣੇ ਗੁਰਮਖਾਨੇ ਪੜਿਆ ਸੀ ਸਾਡੇ ਅੱਗੇ ਲਾ ਕੇ ਗ੍ਰੰਥੀ ਜੀ ਨੇ ਵੈਗਰੂ ਨਾਮ ਜਹਾਜ਼ ਹੈ ਚੜੇ ਸ ਉਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਆਤਾਰਨ ਹਾਰ ਜਿਹਨੂੰ ਪੜੇ ਲਿਖੇ ਭਰਾ ਬੋਲਦੇ ਨੇ ਟਰਸਟ ਇਨ ਗॉड ਐਂਡ ਡੂ ది ਰਾਈਟ ਰੱਬ ਤੇ ਵਿਸ਼ਵਾਸ ਕਰ ਕੰਮ ਨੇਕ ਕਰ ਬ੍ਰਹਮਾ ਦੇ ਸੱਤ avatars ਹੋਏ ਨੇ ਸ਼ਿਵਜੀ ਮਹਾਰਾਜ ਦੇ ਦੋ ਬਤਾਰਾਂ ਦਾ ਜ਼ਿਕਰ ਹੈ ਇੱਕ ਗੁਰੂ ਅਰਜਨ ਦੇ ਮਹਾਰਾਜ ਨੇ ਇਹਨਾਂ ਨੂੰ ਅਸੀਂ ਕਹਿੰਨੇ ਰੱਬ ਦਾ ਅਵਤਾਰ ਗੁਰੂ ਅਰਜਨ ਪ੍ਰਤਾਖਰ ਇਹ ਨਹੀਂ ਆਖਿਆ ਕਿ ਗੁਰੂ ਅਰਜਨ ਦੇਵ ਦਾ ਮਹਾਂਦਰਾ ਰੱਬ ਵਰਗਾ ਹੈ ਪੰਕਤੀਆਂ ਨੇ ਗੁਰੂ ਅਰਜਨ ਪ੍ਰਤਾਖਰ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਇਹਨਾਂ ਦਾ ਧਿਆਨ ਤਾਂ ਲਿਆ ਨਾ ਨਾ ਸੰਕਟ ਤੇ ਨਾ 84 ਦਾ ਢੇੜਾ ਆਵੇਗਾ ਇੱਕ ਵਾਰਾਂ ਕਹਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇਰਾ ਆਸਰਾ ਐਨੀ ਤਾਕਤ ਦੇ ਵਿੱਚ ਉਹਨਾਂ ਨੂੰ ਪੁੱਛਿਆ ਵੀ ਮਹਾਰਾਜ ਬੇਨਤੀ ਹੈ ਵੀ ਤੁਹਾਨੂੰ ਸਮਾਜ ਰੱਬ ਦਾ ਅਵਤਾਰ ਸਮਝਦਾ ਹੈ ਤੁਸੀਂ ਰੱਬ ਵੇਖਿਆ ਕਹਿੰਦੇ ਭਰਿਆ ਕਿਹੜੇ ਰੱਬ ਦੀ ਗੱਲ ਕਰਦਾ ਹੈ اے ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਪੋਥੀ ਪਰਮੇਸ਼ਰ ਦਾ ਥਾਨ ਜਿਹੜੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਗੁਰੂ ਕਿਵੇਂ ਹੈ ਪੰਜਵੇਂ ਪਾਤਸ਼ਾਹ ਜਿਹਨੂੰ ਅਸੀਂ ਕਹਿੰਦੇ ਗੁਰੂ ਅਰਜਨ ਪਰਤਾਖਰ ਉਹਨਾਂ ਨੇ ਸੇ 1226 ਅੰਗ ਸਾਰੰਗ ਭਲਾ ਪੰਜਵਾ ਉਥੇ ਲਿਖਿਆ ਪੋਥੀ ਪਰਮੇਸ਼ਰ ਕਾ ਥਾਨ ਜਦੋਂ ਗੱਦੀ ਮਿਲੀ ਆ ਨਾ ਉਦੋਂ ਮਹਾਰਾਜ ਨੇ ਆਖਿਆ ਸੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਪਹਿਲਾਂ ਕਹਿੰਦੇ ਪੋਥੀ ਸਾਹਿਬ ਕਹਿੰਦੇ ਇਹ ਪੋਥੀ ਪਰਮੇਸ਼ਰ ਦਾ ਥਾਨ ਹੈ ਕਿਆ ਨਹੀਂ ਤੇ ਕਰਕੇ ਵਿਖਾਇਆ ਕਿਵੇਂ ਜਿਦਣ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਹਰਿਮੰਦਰ ਸਾਹਿਬ ਪ੍ਰਕਾਸ਼ ਹੋਇਆ ਨਾ ਸਾਡੇ ਸਿੱਖ ਜਗਤ ਵਿੱਚ ਇੱਕ ਇਹੋ ਜਿਹੀ ਗੁਰੂ ਕੀ ਬਖਸ਼ੀ ਰੂਹ ਹੋਈ ਹੈ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਸਹਿਬ ਦਾ ਖਿਤਾਬ ਦਿੱਤਾ ਸਹਿਬ ਦਾ ਆਪਾਂ ਕਿੰਨੇ ਗਿਆਨੀ ਜੀ ਭਾਈ ਜੀ ਕਥਾਵਾਚਕ ਇੱਕ ਬਾਬਾ ਬੁੱਢਾ ਹੈ ਜਿਹਨੂੰ ਸਹਿਬ ਕਰਕੇ ਲਿਖਿਆ ਸਹਿਬ ਹਜ ਹਜ ਹਾਈਨੈਸ ਕੀ ਲਿਖਿਆ ਬੁੱਢਾ ਸਹਿਬ ਖੋਲੋ ਗ੍ਰੰਥ ਲੇਹੁ ਆਵਾਜ਼ ਸੁਣੇ ਸਭ ਪੰਥ ਲੇ ਆਵਾਜ਼ ਬੁੱਢਾ ਤਾਂ ਬੋਲਾ ਅਦਬ ਸਾਥ ਗ੍ਰੰਥ ਕੋ ਖੋਲਾ ਉਰ ਪੰਚਮ ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਸਾਹ ਮਾਰੇ ਪ੍ਰਕਾਸ਼ ਕਰੋ ਲੇਹੁ ਆਵਾਜ਼ ਸੁਣੇ ਸਭ ਪੰਥ ਹੁਕਮਨਾਮਾ ਲਾਓ ਪੰਥ ਸੁਣੇ 18ਵੀਂ ਸਦੀਕ ਇਤਿਹਾਸ ਪੜਨਾ ਆਪਾ ਨੂੰ ਕਈ ਨਹੀਂ ਮੁਖਵਾਕ ਹੁਕਮਨਾਮਾ 18ਵੀਂ ਸਦੀ ਦੇ ਸਾਡੇ ਵਡੇਰੇ ਕਿੰਨਾਂ ਗੁਰੂ ਕਾ ਆਵਾਜ਼ਾ ਤੁਸੀਂ ਇਤਿਹਾਸ ਪੜਨਾ 18ਵੀਂ ਸਦੀ ਉੱਥੇ ਆਵਾਜ਼ਾ ਲੈਣਾ ਲਿਖਿਆ ਆਵਾਜ਼ਾ ਲੈਣਾ ਹੁਕਮਨਾਮਾ ਲਿਆ ਸੰਤਾਂ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ RAM ਜ ਜਿਹਨੂੰ ਹੁਕਮਨਾਮਾ ਲਿਆ ਗਿਆ ਨਾ ਤੇ ਸਿੱਖਾਂ ਨੇ ਆਖਿਆ ਪਾਸ਼ਾ ਤੁਸੀਂ ਨੀਵੀਂ ਥਾਂ ਤੇ ਬੈਠੇ ਹੁਣ ਧਿਆਨ ਦਿਓ ਕੁਰਸੀਆਂ ਤੇ ਬਹਿਣ ਵਾਲਿਓ ਗੁਰੂ ਅਰਜਨ ਦੇਵ ਨੀਵੀਂ ਥਾਂ ਤੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਪ੍ਰਕਾਸ਼ ਉੱਚੀ ਥਾਂ ਤੇ ਬਾਬਾ ਬੁੱਢਾ ਜੀ ਉੱਚੇ ਬੈਠੇ ਨੇ ਕਿਉਂਕਿ ਉਹ ਗੁਰੂ ਕਾ ਹੁਕਮਨਾਮਾ ਲੈ ਰਹੇ ਨੇ ਅੱਜ ਇੱਥੇ ਆਪਾਂ ਬੈਠਿਆ ਨਾ ਇੱਥੇ ਚਮੜੇ ਕਰਕੇ ਨਹੀਂ ਬਾਇਆ ਜਾਂਦਾ ਬੱਚਾ ਹੋਵੇ ਬੀਬੀ ਹੋਵੇ ਉਹਨੇ ਗੁਰੂ ਕਾ ਸ਼ਬਦ ਸੁਣਾਉਣਾ ਹੈ ਗੁਰੂ ਕੇ ਸ਼ਬਦਾਂ ਦਾ ਸਤਕਾਰ ਹੈ ਹੱਡ ਤੇ ਚੰਮ ਦਾ ਸਤਕਾਰ ਨਹੀਂ ਸਿੱਖਾਂ ਨੇ ਆਖਿਆ ਪਾਸ਼ਾ ਤੁਸੀਂ ਗੁਰਤਾ ਗੱਦੀ ਦੇ ਮਾਲਕ ਇਹ ਤੁਸੀਂ ਨੀਵੀਂ ਥਾਂ ਤੇ ਬੈਠੇ ਜੀ ਪੰਜਵੇਂ ਪਾਠਾ ਕਹਿੰਦੇ ਮੋਰੇ ਸਰੂਪ ਤੇ ਜਾਂ ਤੇ ਹਦੀਰਗ ਇਹ ਮੇਰੇ ਨਾਲੋਂ ਵੱਡਾ ਹੈ ਕਹਿੰਦੇ ਮੋਰੇ ਸਰੂਪ ਤੇ ਜਾਂ ਤੇ ਹਦੀਰਗ ਸਹਿਬਜ਼ਾਨ ਅਦਾਇਬ ਕਰੇ ਹਨ ਗ੍ਰੰਥ ਰਿਦਾ ਗੁਰਕਾ ਇਹ ਜਾਨੋ ਪੂਰਨ ਹੈ ਸਬ ਕਾਲ ਰਹੇ ਹਨ ਸਿੱਖੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮੇਰੇ ਨਾਲੋਂ ਵੱਡਾ ਹੈ ਇਹ ਪੂਰਨ ਹੈ ਇਹਨੇ ਸ੍ਰੀਵੀ ਤੌਰ ਤੇ ਰਹਿਣਾ ਹੈ ਔਰ ਇਹ ਹਰ ਮੌਕੇ ਤੇ ਹਰ ਥਾਂ ਤੇ ਚਲੇ ਜਾਵੇਗਾ ਬੰਧਾਰ ਮੌਕੇ ਅਰਥਾਂ ਤੇ ਨਹੀਂ ਜਾ ਸਕਦਾ। ਇਹਦੀ ਆਪਾਂ ਵਿਆਖਿਆ ਪੜਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹੀ ਇੱਕ ਇਹੋ ਜਿਹਾ ਗੁਰੂ ਹੈ। ਆਪਾਂ ਪੜਦੇ ਜੈਸਾ ਸੇਵੇ ਤੈਸ ਹੋਵੇ। ਜੇ ਮਰਨ ਵਾਲੇ ਨੂੰ ਚੇਤੇ ਕਰਾਂਗਾ ਆਪਾਂ ਕਹਿੰਨੇ ਫਲਾਣੇ ਬਾਬੇ ਦੀ ਅੱਜ ਗਿਆਨੀ ਜੀ 75ਵੀਂ ਵਰਸੀ ਦੇ। ਅੱਜ 78ਵੀਂ ਬਸਵੀ ਹੈ। ਐਸ ਬਾਪੂ ਦੀ ਵਰਸੀ ਨਹੀਂ ਹੋਣੀ। ਆੜਾ ਬਾਪੂ ਦੇ ਚਰਨਾਂ 'ਚ ਬੈਠਿਆ ਨਾ ਇਹ ਗੁਰੂ ਕਿਹੋ ਜਿਹਾ ਨਾ ਇਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਘਵਾ ਨਾ ਕੋਏ ਆਪਾਂ ਜਿੰਨੇ ਬੈਠਿਆ ਨਾ ਅੱਜ 4 ਨਵੰਬਰ ਨੋਟ ਕਰ ਲੋ ਸਾਦੀ ਜੀ ਗੱਲ ਇਹ ਗੱਲ ਚਰਵਾ ਕਰ ਲਈ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰੀ ਵੀ ਜਿੰਨੇ ਭੈਣ ਭਰਾ ਆਪਾਂ ਵੱਡੇ ਛੋਟੇ ਆਏ ਨਾ ਇਨਾਂ ਦੇ ਨਾਂ ਨੋਟ ਕਰ ਲਓ ਤੇ ਨਾਲ ਬੇਨਤੀ ਕਰਨੀ ਵੀ ਭਾਈ ਸਾਹਿਬ ਗੁਰੂ ਕਿਰਪਾ ਕਰੇ 23 ਦੇ ਵਿੱਚ ਤੁਸੀਂ ਸਾਡੀ ਬੇਨਤੀ ਹੁਣੇ ਕਰ ਦਿੰਨੇ ਆ ਤੇ 4 ਨਵੰਬਰ ਨੂੰ ਆਪਾਂ ਫਿਰ ਸਮਾਗਮ ਕਰਨਾ ਤੁਸੀਂ ਆਉਣਾ ਆਪਾਂ ਸਾਰੇ ਜੋਲ ਲਾ ਲਈ ਆ ਆਪਾਂ ਨਹੀਂ ਜਿਉਣਾ ਆਪਣੇ ਚੁਕਈਆਂ ਨੇ ਸੱਚਖਣ ਪਿਆਨਾ ਕਰ ਲੈਣਾ ਉਹਨਾਂ ਨੂੰ ਪਤਾ ਨਹੀਂ ਚਾਹੁੰਦਿਆਂ ਹੋਏ ਵੀ ਉਹਨਾਂ ਤੋਂ ਨਹੀਂ ਆਇਆ ਜਾਣਾ ਪਰ ਇਹ ਬਾਪੂ ਉਦੋਂ ਵੀ ਹੋਵੇਗਾ ਆਪਾਂ ਨਹੀਂ ਜਿਉਣਾ ਇਹ ਨਾ ਇਹ ਮਰੇ ਨਾ ਹੋਵੇ ਸੋਗ ਦੇਂਦਾ ਰਹਿ ਨਾ ਚੁਕੇ ਭੋਗ ਸ਼ਾਮ ਨੂੰ ਸੁਖ ਹਸਨ ਹੋਇਆ ਅੱਜ ਆਪਾਂ ਕਹਿੰਦੇ ਹੁਣ ਤਾਂ ਮੌਸਮ ਵੈਸੇ ਠੰਡਾ ਆ ਨਾ ਤੇ ਜੇ ਕਿਤੇ ਗਰਮੀ ਤੇ ਸਮਾਗ ਹੋਂਦਾ ਨਾ ਤੇ ਆਪਾਂ ਪ੍ਰਬੰਧਕਾਂ ਨੂੰ ਕਹਿਣਾ ਸੀ ਵੀ ਗੁਰਮੁਖੋ ਦੁਵਾਨ ਤੁਸੀਂ ਰੱਖ ਲਿਆ ਪਰ ਜੇ ਏਸੀ ਦਾ ਪ੍ਰਬੰਧ ਨਾ ਕੀਤਾ ਤੇ ਸੰਗਤਾਂ ਨੇ ਨਹੀਂ ਜਿਉਣਾ ਗੁਰਮੁਖੋ ਪੰਜਵੇਂ ਪਾਤਸ਼ਾ ਪਣਗੇ ਦੇ ਥੱਲੇ ਬਰਾਜੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾ ਪਣਗੇ ਤੇ ਸੁਭਾਏ ਮਾਨ ਨੇ ਤੇ ਦੀਨ ਦੁਨੀਆ ਦੇ ਮਾਲ ਗੁਰੂ ਅਰਜਨ ਦੇ ਸੱਚੇ ਪਾਤਸ਼ਾ ਤੁਸੀਂ ਜਾਂਦੇ ਅਕਾਲ ਤਖਤ ਸਾਹਿਬ ਧਿਆਨ ਦਿਆ ਜੇ ਥੱਲੇ ਚਿੱਟਾ ਕੱਪੜਾ ਵਿਛਾਇਆ ਚਾਦਰਾਂ ਵਿਛਾਇਆ ਇਹ ਕਾਦੇ ਲਈ ਜਿਦੋਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾ ਦਾ ਪ੍ਰਕਾਸ਼ ਹੋਇਆ ਤੇ ਜਦੋਂ ਲਾਹੌਰ ਨੂੰ ਗਏ ਨੇ ਨਾ ਸ਼ੀਧੀ ਵਾਸਤੇ ਉਹ ਇੱਕ ਰਾਤ ਗੁਰੂ ਮਹਾਰਾਜ ਨੇ ਗੁਰੂ ਕੇ ਮਹਿਲਾ ਚ ਮਾਤਾ ਗੰਗਾ ਜੀ ਕੋਲ ਗਏ ਆਉਣ ਵਾਲੇ ਸਮੇਂ ਦੀ ਵਿਚਾਰਾਂ ਕਰ ਲਈ ਬਾਕੀ 2 ਸਾਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪੜਗੇ ਥੱਲੇ ਜੇ ਗੁਰੂ ਅਰਜਨ ਦੇਵ ਲੰਮੇ ਪੈਂਦੇ ਨੇ ਤੇ ਅਸੀਂ ਗੁਰੂ ਅਰਜਨ ਦੇਵ ਤੋਂ ਵੱਡੇ ਨਹੀਂ ਆ ਕੁਰਸੀਆਂ ਤੇ ਬਹਿਣ ਵਾਲਿਓ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪੜਗੇ ਥੱਲੇ ਬਰਾਜਣ ਤੇ ਅਸੀਂ ਢੋਆ ਲਾ ਕੇ ਬਈਏ 6ਵੇਂ ਪਾਤਸ਼ਾਹ ਮਹਾਰਾਜ ਆ ਜਿਨ੍ਹਾਂ ਬਾਰੇ ਬੜਾ ਗਲਤ ਲਿਖਿਆ ਇਤਿਹਾਸਕਾਰਾਂ ਨੇ ਇੱਕ ਸਰ ਜਾਦੂ ਨਾਲ ਸਰਕਾਰ ਲਿਖਾਰੀ ਹੋਇਆ ਇਤਿਹਾਸਕਾਰ ਉਨੇ ਬਹੁਤ ਗਲਤ ਲਿਖਿਆ ਤੇ ਮੈਨੂੰ ਬੜਾ ਚੁਭਦਾ ਹੋ ਉਹ ਕਹਿੰਦਾ ਏ ਰਵਾਨੀਆਂ ਦੀ ਗੰਗਾ ਗੁਰਨਾਨ ਨ ਪਾਤਸ਼ਾਹ ਦੇ ਸਮੇਂ ਤੋਂ ਚੱਲੀ ਸੀ ਨਾ ਉਹ ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਸਮੇਂ ਜੰਗਾਂ ਤੇ ਯੋਧਾਂ ਦਾ ਖਾੜਾ ਬਣ ਗਈ ਉਹਦਾ ਨਾਂ ਸਰ ਜਾਦੂ ਨਾਦ ਸਰਕਾਰ ਪਰ ਉਹ ਭੁੱਲ ਜਾਂਦਾ ਹੈ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਦੂਜਾ ਜੰਗ ਜਿੱਤਿਆ ਤੇ ਕਹਿੰਦੇ ਸਿੱਖੋ ਆਪਾਂ ਖੁਸ਼ੀ ਕਰਨੀ ਹੈ ਤੇ ਖੁਸ਼ੀ ਕਿਹੋ ਜੀ ਕਰਨੀ ਹੈ ਤੁਹਾਡੇ ਚੋਂ ਕੋਈ ਗੁਰੂ ਕਾ ਸਿੱਖ ਸਾਨੂੰ ਜਪਜੀਤ ਸਾਹਿਬ ਦਾ ਪਾਠ ਸੁਣਾਵੇ ਇੱਕ ਚਿੱਤ ਹੋ ਕੇ। ਤੇ ਆਪਾਂ ਤਾਂ ਖੁਸ਼ੀਆਂ ਕਰਨੀ ਭੰਗੜੇ ਪਾ ਕੇ। ਮੈਂ ਹੈਰਾਨ। ਗਿਆਨੀ ਜੀ ਅਸੀਂ ਸ਼ਰਾਬ ਨਹੀਂ ਪੀਂਦੇ ਬੀਅਰ ਪੀਨੇ ਮੈਂ ਕਿਹਾ ਸਵਾਹ ਪੀਲਾ। ਅਗੇ ਬੀਅਰ ਪੀਨੇ ਆ। ਇਹ ਨਵੀਂ ਗੱਲ। ਵੀ ਇਹਦਾ ਨਾਮ ਬਦਲ ਦੇਂਗਾ ਵੀ ਸ਼ਰਾਬ ਇਹ ਫੋਰ ਕੁਝ ਬਣ ਜਾਏਗੀ। ਸ਼ਰਾਬ ਤਾਂ ਸ਼ਰਾਬ ਹੀ ਰਹਿਣੀ ਆ ਨਾ। ਅਮਰ ਥੋੜਾ ਬਣ ਜਾਣਾ। ਮੈਨੂੰ ਕਹਿੰਦੇ ਗਿਆਨੀ ਜੀ ਸ਼ਰਾਬ ਨਹੀਂ ਪੀਂਦੇ ਤੁਹਾਡਾ ਬਜਨ ਮੰਨ ਲਿਆ ਜੀ ਬੀਅਰ ਪੀਨੇ ਆ। ਇਹ ਨਾ ਕਰਿਆ ਕਰੋ। ਸਾਨੂੰ ਦਾਇਆ ਤੇ ਦੁਰਮਤ ਮਦ ਜੋ ਪੀਪਤੇ ਵਿਖਲੀ ਪਤ ਕਮਲੀ ਨਾਮ ਰਸੈਣ ਜੋਰ ਤੇ ਨਾਨਕ ਸੱਚ ਅਮਲੀ ਨਾਮ ਲੈ ਪੋਸ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹਿਦਣ ਰਾਤ ਇਹ ਨਾਮ ਦੀ ਖੁਮਾਰੀ ਚੜੀ ਜੇ ਦਿਆਲ ਦਾਸ ਨੂੰ ਦੇਗ ਚੁੱਭ ਗਿਆ ਪਰ ਨਾਮ ਦੀ ਖੁਵਾਰੀ ਨਹੀਂ ਜਲਤੀ ਨਾਮ ਦੀ ਖੁਵਾਰੀ ਚੜੀ ਜੇ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਖੁਮਾਰੀ ਨਹੀਂ ਜਲਤੀ ਇਹ ਨਾਮ ਦੀ ਕੁਮਾਰੀ ਚੜੀ ਜੇ ਭਾਈ ਤਾਰੂ ਸਿੰਘ ਨੂੰ ਖੋਪੜੀ ਲੈ ਗਈ ਪਰ ਨਹੀਂ ਜੇ ਲੱਥੀ ਇਹ ਨਾਮ ਦੀ ਕੁਮਾਰੀ ਚੜੀ ਸੀ ਜਿੱਥੇ ਸਾਨੂੰ ਡਿਊਟੀ ਦਿੱਤੀ ਗੁਰਾਮਦਾਸ ਨੇ ਬਾਬੇ ਮਨੀ ਸਿੰਘ ਨੂੰ ਕਹਿਣ ਲੱਗਾ ਭਲਿਆ ਤੇਰੇ ਮਾਲਕ ਦੀ ਆਗਿਆ ਤੂੰ ਪੋਟੇ ਪੋਟੇ ਕੱਢੇ ਤੇ ਪੋਟੇ ਮaaf ਕਰਨਾ ਬੰਦ ਬੰਦ ਕੱਢੇ ਤੇ ਕਮਲਿਆ ਬੰਦ ਤਾਂ ਪੋਟੇ ਤੋਂ ਰੰਮ ਹੁੰਦਾ ਤੂੰ ਗੋਟ ਵੜ ਦਿੰਦਾ ਇਹ ਨਾਮ ਦੀ ਖਵਾਰੀ ਹੈ ਮੈਂ ਗੱਲ ਮੁਕਾਵਣਾ ਕਿਉਂਕਿ ਰਾਗੀ ਸਿੰਘ ਆਗੇ ਨੇ ਮੋਸਟ ਵੈਲਕਮ ਜੀ ਆਇਆਂ ਨੂੰ ਕਿਉਂਕਿ ਉਹਨਾਂ ਮੈਨੂੰ ਪਰੰਧ ਕਾ ਆਖੇ ਵੀ ਗਾਨੀਏ ਠੇਕੇ ਤੇ ਲੈ ਮੈਂ ਕਿਹਾ ਕਿਵੇਂ ਆਖੇ ਜਦ ਤੱਕ ਰਾਗੀ ਨਾ ਨਾ ਤੁਸੀਂ ਹਟਣਾ ਨਹੀਂ ਤੇ ਮੈਂ ਕਿਹਾ ਜੀ ਭੜਕੇ ਨੇ ਤੱਕ ਨਾ ਇਹਦੇ ਤੁਹਾਨੂੰ ਕੀ ਹੋ ਜਾ ਲੱਗੇ ਰੋ ਇਹ ਸਾਡਾ ਸੈਟਲਮੈਂਟ ਹੋਈ ਸੀ ਕਿ ਜਦ ਤੱਕ ਰਾਗੀ ਨਾ ਨਾ ਤੁਸੀਂ ਨਹੀਂ ਹਟਣਾ ਮੈਂ ਕਿਹਾ ਨਹੀਂ ਹਰਦਾ ਠੇਕੇ ਤੇ ਕੰਮ ਚੱਲੇ ਅੱਜ ਰੋ ਬਚਾਰ ਇੱਕ ਸਿੱਖ ਪਾਈ ਗੋਪਾਲਾ ਉਹਨੇ ਆਖਾ ਪਾਸਾ ਤੁਸੀਂ ਕਿਰਪਾ ਕਰੋ ਪਾੜ ਕੀਤਾ ਕਿ ਚੱਤ ਹੋ ਗਏ ਵਾ ਗੁਰੂ ਅਰਜਨ ਸਾਹਿਬ ਦੇ ਪਾਤਸ਼ਾਹ ਨੇ ਕਹਿੰਦੀ ਨੂੰ ਕੀ ਦੀਏ ਮੈਂ ਬੇਨਤੀ ਕੀਤੀ ਕਿ ਮੈਨੂੰ ਗੁਰੂ ਰਾਮਦਾਸ ਨੇ ਬੜਾ ਸਲਮਾ ਸਮਾ ਦਰਬਾਰ ਸਰ 40 ਸਾਲ ਹੋ ਗਏ ਨੇ ਬਾਬਾ ਜਨੈਲ ਸਿੰਘ ਦੇ ਮੌਕੇ ਤੇ ਮੈਂ ਉੱਥੇ ਆਇਆ ਤੇ ਕਮੇਟੀ ਨੇ ਸਤਿਅਤੀ ਜੀ ਮੈਨੂੰ ਪੱਕੇ ਤੌਰ ਤੇ ਰੱਖ ਲਿਆ ਕਥਾਵਾਚਕ ਤੌਰ ਤੇ ਰੋਵ ਵਿਚਾਰ ਮੈਂ ਇਹ ਪੜਿਆ ਵੀ ਜੇ ਪੁੱਛਣਾ ਵੀ ਗਿਆਨੀ ਜੀ ਸਾਰੀ ਬਾਣੀ ਦਾ ਤੁਸੀਂ 1 ਮਿੰਟ ਵਿੱਚ ਦੱਸੋ ਵੀ ਇਹਨੂੰ ਚੋੜ ਕੀ ਤੇ ਮੈਂ ਇਹ ਲੱਭਾ ਵੀ ਨੰਨਾ ਤੇ ਮੰਮੇ ਦੀ ਟੱਕਰ ਹੈ ਦੋ ਅੱਖਰ ਨੰਨਾ ਤੇ ਮੰਮਾ ਮੰਮਾ ਮਮਤਾ ਮੰਮਾ ਮੈਂ ਮੰਮਾ ਮਾਇਆ ਤੇ ਜਦੋਂ ਨੰਨਾ ਪਹਿਲਾਂ ਆ ਗਿਆ ਨਾਮ ਲੱਗ ਗਿਆ ਇਹ ਪਿੱਛੇ ਚੱਲ ਗਿਆ ਜੀਵਨ ਸਫਲਾ ਹੋ ਗਿਆ ਨਾਮ ਤੇ ਮਨ ਦੇ ਦੋ ਅੱਖਰ ਹੈ ਨਾ ਮੰਮਾ ਨੰਨਾ ਮਨ ਜਦੋਂ ਮੰਮਾ ਪਹਿਲਾਂ ਮੰਮਾ ਮਾਇਆ ਮੰਮਾ ਮਮਤਾ ਮੰਮਾ ਮੋਹ ਗੱਲ ਵਿਗੜ ਗਈ ਜਦੋਂ ਉਪਰ ਪਹਿਲਾਂ ਮਾਨਸ ਲੱਗੀ ਨੰਨਾ ਆ ਗਿਆ ਤੇ ਗੱਲ ਬਣ ਗਈ ਨਾਮ ਮਨ ਦਾ ਸੁਭਾਗ ਕਬਹੂ ਜੀੜਾ ਉਭ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ ਕਿਣ ਲੱਗਾ ਗੁਰੂ ਪਾਤਸ਼ਾਹ ਨੇ ਮੈਨੂੰ ਇਨਾਮ ਤਾਂ ਦੇਣਾ ਹੈ ਪੰਜ ਘੋੜੇ ਪਈ ਸੁਭਾਗਾ ਲੈ ਕੇ ਆਇਆ ਸੀ ਤੇ ਜੇ ਕਿਤੇ ਇੱਕ ਘੋੜਾ ਮੈਨੂੰ ਪਾਤਸ਼ਾਹ ਦੇ ਦੇਣ ਤੇ ਗੱਲ ਵੱਢ ਜਾ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਗੁੱਟ ਫੜਿਆ ਮੱਥਾ ਚੁੰਮਿਆ ਜਫੀ ਪਾਈ ਆਖਿਆ ਭਾਈ ਗੋਪਾਲਿਆ ਤਨ ਤੇਰੀ ਮਾਂ ਤਨ ਤੇਰਾ ਬਾਪ ਤੇ ਤਨ ਤੂੰ ਜਿੰਨੇ ਤੇਰੇ ਵਰਗੇ ਗੁਰਮੁਖ ਨੂੰ ਜਨਮ ਦਿੱਤਾ ਪਰ ਇੱਕ ਗਿਲਾ ਤੇਰੇ ਤੇ ਗੁੱਸਾ ਹੁੰਦਾ ਦੁਸ਼ਮਣਾਂ ਦੇ ਗਿਲਾ ਆਪਣੇ ਤੇ ਹੈਰਾਨ ਹੋ ਗਿਆ ਕਹਿੰਦੇ ਮਾਰੇ ਭੁੱਲ ਗਿਆ ਹੋਵਾਂਗਾ ਭੁਲਣ ਹਾਰ ਜੂਏ ਕਹਿਣ ਲੱਗੇ ਭੁੱਲਿਆ ਨਹੀਂ ਭਰਿਆ ਤੂੰ ਜਪਜੀ ਸਾਹਿਬ ਦੇ ਪਾਠ ਦੀ ਕੀਮਤ ਕੇਵਲ ਘੋੜਾ ਤੇ ਕਾਠੀ ਪਾ ਦਿੱਤੀ ਤੂੰ ਤਾਂ ਗਿਆਨਮਾਨ ਹੈ ਤੈਨੂੰ ਭੁੱਲ ਗਿਆ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਨ੍ਹਾਂ ਭਾਗ ਮਥਾਹੇ ਸੇ ਨਾਨਕ ਹਬਰੰਗ ਬਾਣਦੋ ਉਹ ਭਾਈ ਗਪਾਲਿਆ ਸਾਡੇ ਕੋਲ ਜਬਜੀ ਸਾਹਿਬ ਦੇ ਪਾਠ ਦੀ ਕੀਮਤ ਹੈ ਨਹੀਂ ਪਰ ਤੂੰ ਮੰਗ ਲਈ ਹੈ ਨਾ ਤੇਰੀਆਂ ਇੱਕ-ਇਕਲਾ ਤਾਰ ਦਿੱਤੀਆਂ ਸਤ ਨਾਨਕਿਆਂ ਦੀਆਂ ਸਤ ਸਹੁਰਿਆਂ ਦੀਆਂ ਸਤ ਦਾਦਕਿਆਂ ਦੀ ਪਰ ਤੇਰਾ ਬਕਾਇਆ ਅਜੇ ਵੀ ਕਾਇਮ ਹੈ ਬੈਲੈਂਸ ਅਜੇ ਚੱਲਦਾ ਹੈ ਵਿਆਜ ਵਿੱਚ ਗਿਆ ਹੀ ਵਿਆਜ ਵਿੱਚ ਇਹ ਜੇ ਬਾਣੀ ਦਾ ਅਦਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਅਕਾਲ ਤਖਤ ਦੀ ਸੱਜਣਾ ਕੀਤੀ ਪਾਈ ਗਪਾਲੇ ਨੂੰ ਉੱਚੀ ਥਾਂ ਤੇ ਬਿਠਾਇਆ ਆਪ ਨੀਵੀਂ ਥਾਂ ਤੇ ਬੈਠੇ ਸਤਵੇਂ ਪਾਤਸ਼ਾਹ ਦੇ ਸਮੇਂ ਸੰਗਤਾਂ ਕੀਰਤਨ ਕਰਦੀਆਂ ਆਈਆਂ ਹਜ਼ੂਰ ਦੇ ਕੰਨਾਂ 'ਚ ਆਵਾਜ਼ ਪਈ ਇੱਕਦਮ ਉਠੇ ਗੋਡੇ ਤੇ ਛੱਡ ਲੱਗੀ ਤੇ ਸਿੱਖਾਂ ਨੇ ਆਕਾ ਪਾਸ਼ਾ ਤੁਸੀਂ ਕਾਹਲੀ ਕੰਨੂ ਕੀਤੀ ਹੈ ਮਹਾਰਾਜ ਦੇ ਪਿਆਰੇ ਬਚਨ ਨੇ ਕਹਿੰਦੇ ਗੁਰਬਾਣੀ ਪੈ ਅਦਬਨਾ ਧਾਰਾ ਜਾਣੋ ਸੋਣਾ ਸਿੱਖ ਮਹਾਰਾ ਜਿਸ ਵਿਅਕਤੀ ਦੇ ਮਨ ਵਿੱਚ ਗੁਰਬਾਣੀ ਦਾ ਭੈ ਤੇ ਅਦਬ ਨਹੀਂ ਉਹ ਸਾਡਾ ਸਿੱਖ ਹੀ ਨਹੀਂ ਇਹ ਗੱਲ ਕੇਵਲ ਕਹੀ ਨਹੀਂ ਉਹਨਾਂ ਦੇ ਸਭ ਜਾਦੇ ਬਾਬੇ ਰਾਮ ਰਾਏ ਨੇ ਮਿੱਟੀ ਮੁਸਲਮਾਨ ਦੀ ਥਾਂ ਤੇ ਮਿੱਟੀ ਬੇਈਮਾਨ ਆਖਿਆ ਆਖਿਆ ਸਾਡੇ ਮੱਥੇ ਨਾ ਲੱਗੇ 400 ਸਾਲ ਹੋ ਗਿਆ ਅੱਜ ਵੀ ਪੰਜ ਪਿਆਰੇ ਕਹਿੰਦੇ ਨੇ ਜੇ ਰਾਮ ਰਾਈਆਂ ਚ ਐ ਤੇ ਪਿੱਛੇ ਹੋ ਜਾ ਹਾਂ ਜੇ ਰਾਮ ਰਾਏ ਦੇ ਸਿਧਾਂਤ ਨੂੰ ਛੱਡ ਕੇ ਗੁਰੂ ਕੇ ਸ਼ਬਦ ਨਾਲ ਜੁੜ ਗਏ ਤੇ ਗੁਰੂ ਕੇ ਸਿੱਖਾ ਜੀ ਆਇਆਂ ਨੂੰ ਇਸ ਕਰਕੇ ਗੁਰਮੁਖੋ ਗਰਬਾਣੀ ਦਾ ਪਾਠ ਕਰਿਆ ਕਰੋ ਗਰਬਾਣੀ ਦਾ ਅਦਬ ਕਰਿਆ ਕਰੋ ਇਹ ਮੇਰੀ ਬੇਨਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਿਰਪਾ ਕਰਨ ਜਿਨਾਂ ਚਿਰ ਪ੍ਰਾਣ ਨੇ ਪਾਤਸ਼ਾਹ ਮੈਂ ਤੇਰੀ ਬਾਣੀ ਨਾਲ ਜੁੜਿਆ ਰਵਾਂ ਤੇਰੀ ਬਾਣੀ ਦਾ ਪ੍ਰਚਾਰ ਕਰਦਾ ਰਿਆਂ ਮੇਰੀ ਇੱਕੋ ਇੱਕ ਮੰਗ ਹੈ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇ ਨਾਮ ਸੰਤੋਖਿਆ ਉਹ ਤੇਰੇ ਮਨ ਕੀ ਭੁੱਖ ਇਹ ਮੇਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕੋਲ ਡਿਮਾਂਡ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਗੁਰੂ ਤੇ ਗੁਰੂ ਕੀ ਸੰਗਤਾਂ ਧੰਵਾਦ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ